ਗੁਰੂ ਸਾਹਿਬ ਜੀ ਦੋਹਰਾ ਤੀਰ ਨਿਹਾਲੂ ਤੁਲਸੀਆ ਬੂਲਾ ਚੰਡੀਆ ਆਏ ਸ਼੍ਰੀ ਗੁਰ ਅਰਜਨ ਸ਼ਰਨ ਕੋ ਜਾਨੀ ਮਨ ਸੁਖਦਾਏ ਤੀਰ ਨਿਹਾਲੂ ਤੁਲਸੀਆ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਮੀਕਿਆਂ ਦੀ ਸੰਗਤ ਅਤੇ ਇਰਦ ਗਿਰਦ ਨਗਰਾਂ ਦੀ ਸੰਗਤ ਵੱਲੋਂ ਇਸ ਪਾਵਨ ਪਵਿੱਤਰ ਸਾਂਝੇ ਅਸਥਾਨ ਉੱਤੇ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਇੱਕ ਰੋਜ਼ਾ ਗੁਰਮਤਿ ਸ਼ਹੀਦੀ ਸਮਾਗਮ ਇਸ ਅਸਥਾਨ ਉੱਤੇ ਰੱਖੇ ਹਨ। ਆਪ ਸੰਗਤਾਂ ਨੇ ਦਮਦਮੇ ਟਕਸਾਲ ਦੇ ਹਜ਼ੂਰੀ ਰਾਗੀ ਜਥਿਆਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ 5 ਗੁਰਸਿੱਖ ਆਏ ਹਨ, ਭਾਈ ਧੀਰ, ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ ਅਤੇ ਭਾਈ ਚੰਡੀਆ। ਇਹ 5 ਸਿੱਖਾਂ ਦੇ ਨਾਮ ਹਨ ਜਿਨ੍ਹਾਂ ਨੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਨ ਦੀ ਅਤੇ ਹੋਰ ਗੁਰਸਿੱਖਾਂ ਦੀ ਸ਼ੰਕਾ ਮੇਟਣ ਵਾਸਤੇ ਇੱਕ ਬੇਨਤੀ ਕੀਤੀ ਹੈ। ਉਹ ਜੋ ਸ਼ੰਕਾ ਹੈ ਉਹ ਕਈ ਵਾਰੀ ਅੱਜ ਸਾਡੇ ਅੰਦਰ ਵੀ ਉਤਪੰਨ ਹੋ ਜਾਂਦੀ ਹੈ ਔਰ ਉਸ ਦਾ ਸਮਾਧਾਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਆਪ ਕਰਨਾ ਕੀਤਾ ਹੈ। ਇਸ ਲਈ ਪੂਰੀ ਪੂਰੀ ਇਕਾਗਰਤਾ ਬਣਾ ਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਪੂਰੀ ਇਕਾਗਰਤਾ ਦੇ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਧੀਰ ਨਿਹਾਲੂ ਤੁਲਸੀਆ ਭਾਈ ਧੀਰ ਭਾਈ ਨਿਹਾਲੂ
ਤੀਜਾ ਭਾਈ ਤੁਲਸੀਆ ਹੈ, ਬੂਲਾ ਚੰਡੀਆ ਆਏ, ਚੌਥਾ ਭਾਈ ਬੂਲਾ, ਪੰਜਵਾਂ ਭਾਈ ਚੰਡੀਆ। ਇਹ ਸਤਿਗੁਰਾਂ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਸ੍ਰੀ ਗੁਰ ਅਰਜਨ ਸ਼ਰਨ ਕੋ, ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਜੋ ਹੈ, ਇਸ ਪ੍ਰਤੀ ਇਹਨਾਂ ਦੇ ਮਨ ਵਿੱਚ ਭਾਵਨਾ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਣਾ, ਸਤਿਗੁਰਾਂ ਦੀ ਪਾਵਨ ਪਵਿੱਤਰ ਜੋ ਸ਼ਰਨ ਵਿੱਚ ਗੁਰਸਿੱਖ ਚੱਲ ਕੇ ਆਉਂਦਾ ਹੈ, ਜਾਨੀ ਮਨ ਸੁਖਦਾਏ। ਗੁਰਸਿੱਖਾਂ ਦੀ ਇਹ ਸ਼ਰਧਾ ਹੈ, ਇਹ ਭਾਵਨਾ ਹੈ, ਭਰੋਸਾ ਹੈ, ਦ੍ਰਿੜ ਵਿਸ਼ਵਾਸ ਹੈ ਕਿ ਮਨ ਨੂੰ ਸਾਰੇ ਸੁੱਖ, ਲੋਕ ਪ੍ਰਲੋਕ ਦੇ ਸੁੱਖ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚੋਂ ਹੀ ਮਿਲਦੇ ਹਨ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ। ਮਨ ਵਿੱਚ ਇਹ ਜਾਣ ਕੇ ਆਏ ਹੈ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣ ਨਾਲ ਲੋਕ ਪ੍ਰਲੋਕ ਦੇ ਸਾਰੇ ਸੁੱਖ ਵੀ ਪ੍ਰਾਪਤ ਹੁੰਦੇ ਹੈ ਅਤੇ ਮਨ ਨੂੰ ਬੜੀ ਭਾਰੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜਾਉ ਪਈ ਬੈਠ ਨਿਕਟ ਸਤਿਗੁਰ ਕੇ ਸੋਏ, ਨਮਸਕਾਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਜਿੱਥੇ ਬੈਠੀਆਂ ਹਨ ਦੀਵਾਨ ਵਿੱਚ, ਇਹ ਪੰਜੇ ਗੁਰਸਿੱਖ ਚੌਂਕੜੇ ਮਾਰ ਕੇ ਇਕਾਗਰ ਮਨ ਨਾਲ ਸਾਵਧਾਨ ਹੋ ਕੇ ਸੰਗਤ ਵਿੱਚ ਬੈਠ ਗਏ ਹੈ, ਸੰਗਤ ਵਿੱਚ ਜੁੜ ਗਏ ਹਨ। ਕੀਰਤਨ ਹੋਤ ਸਰਵਨ ਹੋਏ ਜੋਏ, ਜੋ ਗੁਰੂ ਕੀ ਬਾਣੀ ਦਾ ਰਬਾਬੀ ਅਤੇ ਰਾਗੀ ਸਿੱਖ ਕੀਰਤਨ ਕਰਦੇ ਹੈ, ਉਹ ਕੀਰਤਨ ਆਪਣੇ ਕੰਨਾਂ ਨਾਲ ਜਿਵੇਂ ਹੋਰ ਸੰਗਤਾਂ ਸੁਣਦੀਆਂ, ਇਹਨਾਂ ਨੇ ਵੀ ਗੁਰਬਾਣੀ ਦਾ ਕੀਰਤਨ ਸੁਣਿਆ ਹੈ। ਸ੍ਰੀ ਨਾਨਕ ਕੀ ਉਪਮਾ ਮਹਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋ ਮਹਾਨ ਮਹਿਮਾ ਹੈ ਉਹ ਵੱਡੀ ਤੋਂ ਵੱਡੀ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਤਾਪ, ਉਹਨਾਂ ਦਾ ਜਸ, ਉਹਨਾਂ ਦੀ ਕੀਰਤੀ, ਇਹ ਮਹਾਨ ਤੋਂ ਮਹਾਨ ਹੈ। ਸੁਣਤ ਵਿਚਾਰਤ ਬੈਠੇ ਤਹਾਂ, ਸੁਣਦੇ ਆ ਗੁਰਸਿੱਖਾਂ ਕੋਲੋਂ, ਮਨ ਵਿੱਚ ਵਿਚਾਰਦੇ ਹਨ, ਵਿਚਾਰਦਿਆਂ ਵਿਚਾਰਦਿਆਂ ਇਹਨਾਂ ਦੇ ਮਨ ਵਿੱਚ ਇਹ ਖਿਆਲ ਆਇਆ, ਸ਼ੰਕਾ ਆਈ ਹੈ ਸਤਿਗੁਰੂ ਜੀ ਦੇ ਪਾਸ ਬੇਨਤੀ ਕਰਨ ਵਾਸਤੇ, ਪੁੱਛਣ ਵਾਸਤੇ ਮਨ ਵਿੱਚ ਇਹਨਾਂ ਨੇ ਖਿਆਲ ਲਿਆਉਣਾ ਕੀਤਾ ਹੈ। ਸਭ ਕੇ ਉਰ ਸੰਸੈ ਹੋਇਆ ਵਾ, ਇਹ ਸਾਰਿਆਂ ਦੇ ਮਨ ਵਿੱਚ ਇੱਕ ਬੜਾ ਭਾਰੀ ਸੰਸਾ ਹੈ, ਸਵਾਲ ਹੈ, ਸ਼ੰਕਾ ਮਨ ਵਿੱਚ ਕਈ ਵਾਰੀ ਆ ਜਾਂਦੀ ਹੈ। ਨਾਰਗਨ ਪ੍ਰਥਮ ਝਗਰ ਜਿਮ ਪਾਵਾ, ਜਿਵੇਂ ਪਹਿਲਾਂ ਵੀ ਲੋਕਾਂ ਨੇ ਬੜਾ ਭਾਰੀ, ਬਹੁਤੇ ਪੁਰਸ਼ਾਂ ਨੇ ਇਸ ਮਸਲੇ ਉੱਤੇ ਝਗੜਾ ਪਾਇਆ ਹੋਇਆ ਹੈ, ਇਹ ਝਗੜਾ ਕੀ ਆ ਅੱਗੇ ਦੱਸਣਗੇ, ਸੋ ਉਹ ਝਗੜੇ ਦੀ ਨਿਵਿਰਤੀ, ਸ਼ੰਕਾ ਦੀ ਨਿਵਿਰਤੀ ਕਰਨ ਵਾਸਤੇ ਇਹਨਾਂ ਦੇ ਮਨ ਵਿੱਚ ਇੱਕ ਸੰਕਲਪ, ਇੱਕ ਖਿਆਲ ਪੈਦਾ ਹੋਇਆ। ਹੱਥ ਜੋੜ ਸੋ ਬੂਜਨ ਲਾਗੇ, ਹੱਥ ਜੋੜ ਕੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਹੱਥ ਜੋੜ ਕੇ ਬੇਨਤੀ ਕਰਕੇ ਸ਼ੰਕਾ ਦੀ ਨਿਵਿਰਤੀ ਦੂਰ ਕਰਨ ਵਾਸਤੇ, ਸ਼ੰਕਾ ਨੂੰ ਮੇਟਣ ਵਾਸਤੇ ਅਰਜ ਕੀਤੀ ਹੈ, ਬੇਨਤੀ ਕੀਤੀ ਹੈ। ਸਿੱਖ ਬਨਨ ਮੈਂ ਮਨ ਅਨੁਰਾਗੇ, ਹੇ ਮਹਾਰਾਜ ਸਿੱਖ ਬਨਨ ਮੈਂ ਮਨ ਅਨੁਰਾਗੇ, ਹੇ ਮਹਾਰਾਜ ਸਿੱਖ ਮਨ ਵਿੱਚ ਸਾਡਾ ਮਨ ਬਹੁਤਾ ਹੀ ਪ੍ਰੇਮੀ ਹੋਇਆ ਹੋਇਆ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਗੁਰਸਿੱਖੀ ਦਾ ਵੀ ਦਾਨ ਬਖਸ਼ਿਸ਼ ਕਰੋ, ਜਿਸ ਕਰਕੇ
ਅਸੀਂ ਸਿੱਖੀ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ। ਪਰ ਸੱਚੇ ਪਾਤਸ਼ਾਹ ਇੱਕ ਸ਼ੰਕਾ ਹੈ, ਉਹ ਆਪ ਕਿਰਪਾ ਕਰਕੇ ਸਾਡੀ ਦੂਰ ਕਰੋ। ਸੁਣੋ ਗੁਰੂ ਜੀ ਲੋਕ ਅਨੇਕ, ਹੇ ਸਤਿਗੁਰੂ ਜੀ ਸਾਡੀ ਬੇਨਤੀ ਸੁਣਨਾ ਕਰੋ। ਅਨੇਕਾਂ ਜਿਹੜੇ ਲੋਕ ਹੈ, ਵੱਖਾਂ ਹਰ ਤਰ੍ਹਾਂ ਦੀ ਸੋਚਣੀ ਰੱਖਣ ਵਾਲੇ, ਵੱਖ ਵੱਖ ਕਿਸਮਾਂ ਦੇ, ਮਿਲ ਕਰ ਝਗੜਤ ਹੀਨ ਵਿਵੇਕ, ਗਿਆਨ ਤੋਂ ਹੀਣੇ ਜਿਹੜੇ ਹੈ ਉਹ ਮਿਲ ਕੇ ਆਪਸ ਵਿੱਚ ਬੜਾ ਭਾਰੀ ਝਗੜਾ ਕਰਦੇ ਹੈ, ਵਾਦ ਵਿਵਾਦ ਕਰਦੇ ਹਨ। ਤਿੰਨ ਮੋਹ ਬੈਠਤ ਭਇਓ ਸੰਦੇਹੁ, ਇਹੋ ਜਿਹੇ ਲੋਕਾਂ ਵਿੱਚ ਬੈਠ ਕੇ ਸਾਡੇ ਮਨ ਵਿੱਚ ਵੀ ਉਹ ਗੱਲਾਂ ਸੁਣ ਕੇ ਇੱਕ ਸ਼ੰਕਾ ਪੈਦਾ ਹੋ ਗਈ ਹੈ। ਤੁਮ ਸਰਬੱਗ ਸੋ ਉੱਤਰ ਦੇਹੁ, ਤੁਸੀਂ ਸਰਬੱਗ ਹੋ, ਸਾਰਿਆਂ ਦੀ ਹਿਰਦੇ ਦੀ ਜਾਣਨ ਵਾਲੇ ਹੋ, ਸਰਬੱਗ ਸਮਰੱਥ ਹੋ, ਸਹੀ ਉੱਤਰ ਤੁਸੀਂ ਦੇ ਕੇ ਸੱਚੇ ਪਾਤਸ਼ਾਹ ਸਾਡੇ ਮਨ ਦੀ ਦੁਬਧਾ ਨੂੰ ਦੂਰ ਕਰ ਸਕਦੇ ਹੋ। ਸ਼ੰਕਾ ਦੁਬਧਾ ਦਾ ਰੂਪ ਧਾਰਨ ਕਰ ਜਾਂਦੀ ਹੈ, ਦੁਬਧਾ ਨਾਲ ਮਨ ਟਕਾ ਵਿੱਚ ਨਹੀਂ ਰਹਿੰਦਾ ਸੰਗਤ ਜੀ। ਇਸ ਕਰਕੇ ਮਹਾਰਾਜ ਸਰਬੱਗ ਹੋ, ਸਮਰੱਥ ਹੋ, ਆਪ ਸਾਡੀ ਦੁਬਧਾ ਨੂੰ ਮੇਟਣ ਵਾਲਾ ਨਿਰਣੇ ਪੂਰਵਕ ਉੱਤਰ ਦੇਣਾ ਕਰੋ। ਕੇਤਕ ਗੁਰੂ ਨਾਨਕ ਅਵਤਾਰ, ਕੀ ਸ਼ੰਕਾ ਆਈ ਹੈ ਕਿ ਕਿੰਨੇ ਕੁ ਲੋਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਨ ਕਾਦਕ ਕੇ ਕਰ ਹੈ ਉਚਾਰ, ਉਹ ਇਹ ਉਚਾਰਦੇ ਹੈ, ਬੋਲਦੇ ਹੈ ਕਿ ਗੁਰੂ ਨਾਨਕ ਸਾਹਿਬ ਜਨਕ ਦੇ ਅਵਤਾਰ ਸਨ, ਜੋ ਤ੍ਰੇਤੇ ਯੁੱਗ ਵਿੱਚ ਰਾਜਾ ਜਨਕ ਹੋਇਆ ਨਾ, ਉਹਦਾ ਅਵਤਾਰ ਸਨ ਗੁਰੂ ਨਾਨਕ ਦੇਵ ਜੀ। ਕਈ ਮਿਲ ਕੇ ਇਹੋ ਜਿਹੀਆਂ ਗੱਲਾਂ ਆਪਸ ਵਿੱਚ ਮਿਲ ਕੇ ਕਰਦੇ ਆ, ਵਾਦ ਵਿਵਾਦ ਪੈਦਾ ਕਰਦੇ ਹੈ ਔਰ ਝਗੜਾ ਵੀ ਕਰਦੇ ਆ, ਬਖੇੜਾ ਵੀ ਕਰਦੇ ਹੈ, ਸ਼ਰਧਾਵਾਨ ਗੁਰਸਿੱਖਾਂ ਦੇ ਮਨ ਵਿੱਚ ਸ਼ੰਕਾ ਵੀ ਪਾਉਂਦੇ ਹਨ। ਕੇਤਕ ਕਹੈ ਬਿਸ਼ਨ ਕੋ ਰੂਪ, ਕਿੰਨੇ ਕੁ ਗੁਰੂ ਨਾਨਕ ਸਾਹਿਬ ਜੀ ਨੂੰ ਭਗਵਾਨ ਵਿਸ਼ਨੂੰ ਦਾ ਰੂਪ ਕਹਿ ਕੇ ਉਹਨਾਂ ਦਾ ਅਵਤਾਰ ਮੰਨਣ ਦਾ, ਉਹਨਾਂ ਦਾ ਅਵਤਾਰ ਕਹਿਣ ਦਾ ਇਹ ਲੋਕਾਂ ਦੇ ਵਿੱਚ ਵਿਚਾਰ ਰੱਖਦੇ ਆ ਕਿ ਗੁਰੂ ਨਾਨਕ ਸਾਹਿਬ ਭਗਵਾਨ ਵਿਸ਼ਨੂੰ ਦਾ ਅਵਤਾਰ, ਉਹਨਾਂ ਦਾ ਰੂਪ ਸਨ। ਧਰ ਕਰ ਕੀਨੇ ਚਲਤ ਅਨੂਪ, ਜਿਨ੍ਹਾਂ ਨੇ ਕਲਯੁਗ ਦੇ ਵਿੱਚ ਮਨੁੱਖਾ ਜਾਮਾ ਧਾਰ ਕੇ ਉਪਮਾ ਮਈ ਵੱਡੇ ਵੱਡੇ ਕਾਰਜ ਪਰ ਉਪਕਾਰ ਸੰਸਾਰ ਦੇ ਭਲੇ ਲਈ ਸਾਰੇ ਕਰਤੱਬ ਕੀਤੇ ਹੈ। ਇਤ ਆਦਿਕ ਬਹੁ ਕਹੈ ਬਣਾਏ, ਇਤ ਆਦਿਕ ਜੋ ਕਿਸੇ ਦੇ ਮੂੰਹ ਵਿੱਚ ਆਉਂਦਾ ਹੈ ਜਾਂ ਜੋ ਕਿਸੇ ਕੋਲੋਂ ਅੱਗੇ ਤੋਂ ਅੱਗੇ ਸੁਣਦਾ ਹੈ, ਬਣਾ ਬਣਾ ਕੇ ਆਪਣੇ ਕੋਲੋਂ ਗੱਲਾਂ, ਕੋਈ ਕੁਝ ਕਹੀ ਜਾਂਦਾ, ਕੋਈ ਕੁਝ ਕਹੀ ਜਾਂਦਾ, ਕਈ ਸੰਤਰੇਣ ਦਾ ਅਵਤਾਰ ਵੀ ਕਹੀ ਜਾਂਦੇ ਹਨ, ਇਉਂ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਕਰਦੇ ਹੈ। ਨਿਰਣੈ ਬਾਤ ਨਹੀਂ ਹਮ ਪਾਏ, ਪਰ ਸੱਚੇ ਪਾਤਸ਼ਾਹ ਨਿਰਣੇ ਪੂਰਵਕ ਯਥਾਰਥ ਜਿਹੜੀ ਵਿਚਾਰ ਹੈ ਉਹ ਸਾਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਈ ਕਿ ਗੁਰੂ ਨਾਨਕ ਸਾਹਿਬ ਨੂੰ ਕਿਹਦਾ ਰੂਪ, ਕਿਹਦਾ ਅਵਤਾਰ ਮੰਨੀਏ। ਕੋਈ ਜਨਕ ਦਾ ਅਵਤਾਰ ਕਹਿੰਦਾ, ਕੋਈ ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿੰਦਾ, ਕੋਈ ਕੁਝ ਕਹਿੰਦਾ ਹੈ। ਇਸ ਕਰਕੇ ਮਹਾਰਾਜ ਇਸ ਗੱਲ ਦਾ ਸਾਡੇ ਕੋਲੋਂ ਅਜੇ ਅਸਲੀ ਨਿਰਣਾ ਨਹੀਂ ਹੋ ਸਕਿਆ। ਆਪ ਕਿਰਪਾ ਕਰੋ, ਸਾਡੀ ਸ਼ੰਕਾ ਦੂਰ ਕਰੋ। ਕਿਰਪਾ ਕਰੋ ਅਬੇ ਆਪ ਬਤਾਵੋ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਆਪ ਦੱਸਣਾ ਕਰੋ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਣ ਸਨ, ਕਿਹੇ ਅਵਤਾਰ ਭੇਦ ਸਮਝਾਵੋ, ਕਿਹਦਾ ਅਵਤਾਰ ਸਨ,
ਇਹ ਭੇਤ ਇਹ ਗਿਆਨ ਕਿਰਪਾ ਕਰਕੇ ਸਾਨੂੰ ਕਰਾਉਣਾ ਕਰੋ, ਇਹ ਸੋਝੀ ਦੇਣਾ ਕਰੋ ਸੱਚੇ ਪਾਤਸ਼ਾਹ। ਸੁਣ ਕਰ ਉਪਜੈ ਸਿਦਕ ਹਮਾਰੇ, ਤੁਹਾਡੇ ਮੁਖਾਰ ਬਿੰਦ ਤੋਂ ਸੁਣ ਕੇ ਸਾਡੇ ਮਨ ਵਿੱਚ ਭਰੋਸਾ ਪੈਦਾ ਹੋ ਜਾਏਗਾ, ਜੋ ਤੁਸੀਂ ਬਚਨ ਕਰੋਗੇ ਉਸੇ ਨੂੰ ਅਸੀਂ ਸਤ ਕਰਕੇ ਮੰਨਾਂਗੇ। ਪਰਹਿ ਪੰਥ ਸੁਖ ਪ੍ਰਾਪਤ ਸਾਰੇ, ਔਰ ਸਾਰੇ ਜਿੰਨੇ ਵੀ ਸਿੱਖ ਹੈ ਉਹ ਗੁਰਸਿੱਖੀ ਮਾਰਗ ਤੇ ਚੱਲਣ ਵਾਲੇ, ਸਾਰਿਆਂ ਦੇ ਮਨ ਦੀ ਸ਼ੰਕਾ ਦੂਰ ਹੋ ਜਾਏਗੀ, ਔਰ ਸਾਰੇ ਸਿੱਖੀ ਮਾਰਗ ਤੇ ਚੱਲਣ ਵਾਸਤੇ ਸਾਰੇ ਅੱਗੇ ਤੋਂ ਅੱਗੇ ਸੁਰਖਰੂ ਹੋਣਗੇ, ਅਸੀਂ ਵੀ ਗੁਰਸਿੱਖੀ ਮਾਰਗ ਨੂੰ ਪ੍ਰਾਪਤ ਕਰਾਂਗੇ। ਚਿਰੰਕਾਲ ਕੋ ਇਹ ਸੰਦਾਹੂ, ਬੜੇ ਬੜੇ ਲੰਮੇ ਸਮੇਂ ਦਾ ਸੰਦੇਹ ਹੈ ਮਨ ਵਿੱਚ, ਸ਼ੰਕਾ ਇਹ ਦੁਬਧਾ ਹੈ, ਇਸ ਨੂੰ ਦੁਬਧਾ ਕਿਹਾ ਜਾਂਦਾ ਹੈ। ਦੁਬਧਾ ਪੈ ਜਾਣੀ ਸੁਭਾਵਿਕ ਹੋਇਆ ਕਰਦੀ ਹੈ ਸੰਗਤ ਜੀ, ਪਰ ਮਨ ਵਿੱਚ ਕਪਟ ਔਰ ਛਲ ਨਾ ਬੰਦੇ ਦੇ ਹੋਵੇ, ਇਸ ਕਰਕੇ ਇਹ ਸੰਸਾ ਇਹ ਦੁਬਧਾ ਇਹ ਸੰਦੇਹ ਮਨ ਵਿੱਚ ਹੈ ਬਹੁਤ ਸਮੇਂ ਤੋਂ। ਬਹੁਤ ਨਰਨ ਕੈ ਮਿਟ ਹੋ ਇਹੂ, ਬਹੁਤੇ ਲੋਕਾਂ ਦੇ ਮਨ ਵਿੱਚ ਹੈ, ਮਹਾਰਾ ਇਕੱਲੇ ਸਾਡੇ ਨਹੀਂ, ਹੋਰ ਵੀ ਲੋਕਾਂ ਦੇ ਮਨ ਵਿੱਚ ਐਸੀ ਦੁਬਧਾ ਹੈ, ਇਸ ਨੂੰ ਕਿਰਪਾ ਕਰਕੇ ਮੇਟਣਾ ਕਰੋ, ਦੂਰ ਕਰੋ। ਸ਼੍ਰੀ ਅਰਜਨ ਸੁਣ ਗਿਰਾ ਬਖਾਨੀ, ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਪੰਜਾਂ ਸਿੱਖਾਂ ਦੀ ਬੇਨਤੀ ਸੁਣ ਕੇ ਨਾ ਉੱਤਰ ਦੇਣਾ ਕੀਤਾ, ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਕਹੇ। ਸ਼੍ਰੀ ਸਤਿਗੁਰ ਨਾਨਕ ਗੁਣ ਖਾਨੀ, ਭਾਈ ਸ਼੍ਰੋਮਣੀ ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਨ ਸਨ, ਗੁਣਾਂ ਦਾ ਘਰ ਸਨ, ਸ਼ੁਭ ਗੁਣਾਂ ਦੇ ਖਜ਼ਾਨੇ ਸਨ ਸੱਚੇ ਪਾਤਸ਼ਾਹ। ਨੇਤ ਨੇਤ ਜਿਸ ਕੋ ਕਹੇ ਬੇਦ, ਜਿਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਨੂੰ ਵੇਦ ਵੀ ਨੇਤ 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 ਕਥੰਤ ਬੇਦਾ ਗੁਰਬਾਣੀ ਵਿੱਚ ਜ਼ਿਕਰ ਆਇਆ ਹੈ, ਜਿਸ ਪਰਮਾਤਮਾ ਨੂੰ, ਜਿਸ ਵਾਹਿਗੁਰੂ ਨੂੰ, ਜਿਸ ਅਕਾਲ ਪੁਰਖ ਨੂੰ ਵੇਦ ਵੀ ਬੇਅੰਤ ਬੇਅੰਤ ਕਹਿ ਕੇ ਉਸ ਦਾ ਜਸ ਗਾਉਂਦੇ ਆ, ਉਹਦੀ ਮਹਿਮਾ ਕਰਦੇ ਆ। ਸਭ ਥੱਕ ਰਹੇ ਨਾ ਪਾਇਓ ਉਹ ਭੇਦ, ਸਾਰੇ ਥੱਕ ਗਏ ਉਸ ਦੀ ਮਹਿਮਾ ਕਰ ਕਰਕੇ, ਪਰ ਕਿਸੇ ਨੇ ਵੀ ਉਸ ਦਾ ਓੜਕ ਅੰਤ ਨਹੀਂ ਪਾਇਆ ਅੱਜ ਤੱਕ, ਉਸ ਦੇ ਅੰਤ ਪਾਉਣ ਦਾ ਕਿਸੇ ਨੂੰ ਭੇਤ ਨਹੀਂ ਪ੍ਰਾਪਤ ਹੋਇਆ, ਐਸਾ ਬੇਅੰਤ ਬੇਅੰਤ ਹੈ ਅਕਾਲ ਪੁਰਖ ਵਾਹਿਗੁਰੂ। ਬ੍ਰਹਮਾ ਸ਼ਿਵ ਸਨ ਅਕਾਦਿਕ ਸਾਰੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ ਕਿ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਨੂੰ ਸਾਜਣ ਦੀ ਡਿਊਟੀ ਦਿੱਤੀ, ਸ਼ਿਵ ਜੀ ਨੂੰ ਉਸ ਵਾਹਿਗੁਰੂ ਨੇ ਲੈ ਕਰਨ ਦੀ ਡਿਊਟੀ ਦਿੱਤੀ ਹੈ, ਭਾਵ ਜਿਸ ਨੇ ਬ੍ਰਹਮਾ ਸ਼ਿਵ ਜੀ ਸਨਕਾਦਕ ਆਦਿਕ ਜਿੰਨੇ ਵੀ ਸਾਰੇ ਸਾਜੇ ਹੈ ਬਣਾਏ ਹੈ, ਬੁੱਧ ਕਰ ਬਲ ਖੋਜ ਤੁਹਾਰੇ, ਉਸ ਵਾਹਿਗੁਰੂ ਪਰਮਾਤਮਾ ਨੂੰ ਬੁੱਧੀ ਦੇ ਬਲ ਕਰਕੇ ਵੀ, ਉਸ ਦੀ ਖੋਜ ਕਰ ਕਰਕੇ ਵੀ, ਸਾਧਨਾ ਕਰ ਕਰਕੇ ਵੀ, ਗਿਆਨ ਦਾ ਕਥਨ ਕਰ ਕਰਕੇ ਵੀ, ਸਾਰੇ ਹਾਰ ਗਏ ਥੱਕ ਗਏ, ਪਰ ਕੋਈ ਵੀ ਪਰਿਪੂਰਨ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਪਾ ਸਕਿਆ, ਬ੍ਰਹਮਾ ਵਰਗੇ ਨਹੀਂ ਉਹਦਾ ਅੰਤ ਪਾ ਸਕੇ। ਨਾਮ ਸੁਹੰਸਰ ਸ਼ੇਸ਼ ਨਿਤ ਕਹੈ, ਜਿਹੜਾ ਸ਼ੇਸ਼ ਨਾਗ ਹੈ
ਪਰਮੇਸ਼ਰ ਦੇ ਹਜ਼ਾਰਾਂ ਨਾਮ ਨਿਤ ਨਵੇਂ ਉਚਾਰਦਾ ਆਪਣੀ ਰਸਨਾ ਤੋਂ। ਸਤ ਸੰਗਤ ਜੀ, 10,000 ਨਿਤ ਨਵਾਂ ਨਾਂ ਪਰਮੇਸ਼ਰ ਦਾ ਲੈ ਕੇ ਸ਼ੇਸ਼ ਨਾਗ ਵਾਹਿਗੁਰੂ ਅਕਾਲ ਪੁਰਖ ਦੀ ਉਸਤਤੀ ਕਰਦਾ, ਪਰ ਉਸ ਕੋਲੋਂ ਵੀ ਪਰਮਾਤਮਾ ਦਾ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਗਿਆ। ਸ਼ੇਸ਼ ਨਾਗ ਵੀ ਦਿਸਦੇ ਹਜ਼ਾਰਾਂ ਨਿਤ ਨਵੇਂ ਨਾਂ ਲੈ ਕੇ ਉਹਦੀਆਂ ਸਿਫਤਾਂ, ਉਹਦੇ ਗੁਣ, ਉਸ ਦੀ ਮਹਿਮਾ, ਉਸ ਦੀ ਵਡਿਆਈ, ਉਸ ਦੀ ਕੀਰਤੀ ਕਰਦਾ। ਸਾਧ ਸੰਗਤ ਜੀ, ਕਿਸੇ ਮਨੁੱਖ ਨੇ ਕੋਈ ਚੰਗਾ ਕਰਮ ਕੀਤਾ ਹੋਏ, ਆਪਾਂ ਉਹਦੇ ਲਈ 2, 4, 5, 7 ਸ਼ਬਦ ਉਹਦੇ ਸਨਮਾਨ ਵਿੱਚ ਵਰਤ ਕੇ ਉਹਦਾ ਸਨਮਾਨ ਕਰੀਦਾ ਹੈ, ਉਹਦੀ ਮਹਿਮਾ ਕਰੀਦੀ ਹੈ। ਪਰ ਧੰਨ ਸ਼ੇਸ਼ ਨਾਗ ਜਿਹੜਾ ਮੇਰੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ 10,000 ਨਿਤ ਨਵਾਂ ਨਾਂ ਲੈ ਕੇ ਉਹਦੀ ਮਹਿਮਾ ਕਰਦਾ, ਕੀਰਤੀ ਕਰਦਾ, ਹੇ ਵਾਹਿਗੁਰੂ ਤੂੰ ਇਹੋ ਜਾ, ਹੇ ਵਾਹਿਗੁਰੂ ਤੂੰ ਐਸਾ ਕਿਰਪਾਲੂ ਹੈ, ਐਸੇ ਨਿਤ ਨਵੇਂ ਨਾਂ ਲੈ ਕੇ ਉਹਦੀ ਮਹਿਮਾ ਕਰਦਾ ਹੈ। ਜਿਸ ਕੋ ਗੁਣ ਕੇ ਅੰਤ ਨਾ ਲਹੈ, ਪਰ ਉਹਦੀ ਉਹ ਵੀ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਅੱਜ ਤੱਕ ਲੈ ਸਕਿਆ, ਉਹਦੇ ਕੋਲੋਂ ਪਰਮੇਸ਼ਰ ਦੀ ਮਹਿਮਾ ਕੀਰਤੀ ਦਾ ਖਜ਼ਾਨਾ ਨਹੀਂ ਅੱਜ ਤੱਕ ਮੁੱਕ ਸਕਿਆ। ਨਿਤ ਨਵੇਂ ਨਾਂ ਲੈਂਦਾ, ਨਿਤ ਉਹਦੀਆਂ ਬਰਕਤਾਂ, ਨਿਤ ਉਹਦੀਆਂ ਬਖਸ਼ਿਸ਼ਾਂ ਜਦੋਂ ਹੋਈਆਂ ਵੇਖਦਾ, ਫਿਰ ਅਗਲੇ ਦਿਨ ਹੋਰ ਨਵੇਂ ਨਾਂ ਲੈ ਕੇ ਉਹਦੀ ਉਸਤਤੀ ਕਰਦਾ, ਮਹਿਮਾ ਕਰਦਾ, ਫਿਰ ਅਗਲੇ ਦਿਨ ਹੋਰ ਨਿਤ ਨਵੇਂ ਨਾਂ ਲੈ ਕੇ ਮੇਰੇ ਵਾਹਿਗੁਰੂ ਦਾ ਕੀਰਤੀ ਕਰਦਾ, ਜਸ ਗਾਉਂਦਾ ਹੈ। ਪਾਪਨ ਭਾਰ ਅਧੀਰਜ ਧਰਨੀ, ਪਰ ਉਹਦਾ ਅੰਤ ਨਹੀਂ ਕੋਈ ਵੀ ਲੈ ਸਕਦਾ, ਇਸ ਕਰਕੇ ਉਹ ਤੋਂ ਵੀ ਉਹਦਾ ਅੰਤ ਨਹੀਂ ਲਿਆ ਗਿਆ। ਮਹਾਰਾਜ ਕਹਿੰਦੇ ਜਦੋਂ ਪਾਪਾਂ ਕਰਕੇ ਨਾ ਪਾਪ ਬਹੁਤੇ ਫੈਲ ਗਏ ਇਸ ਧਰਤੀ ਦੇ ਉੱਤੇ, ਤਾਂ ਧਰਤੀ ਦਾ ਜਿਹੜਾ ਧੀਰਜ ਸੀ ਨਾ, ਉਹ ਧਰਤੀ ਦਾ ਧੀਰਜ ਡੋਲ ਗਿਆ, ਧਰਤੀ ਕੋਲੋਂ ਵੀ ਪਾਪੀਆਂ ਦਾ ਭਾਰ ਆਪਣੇ ਉੱਤੇ ਸਹਾਰਿਆ ਨਾ ਗਿਆ। ਜਦੋਂ ਧਰਤੀ ਬਹੁਤੇ ਪਾਪਾਂ ਦੇ ਭਾਰ ਕਰਕੇ ਜਦੋਂ ਡੋਲ ਗਈ, ਧੀਰਜ ਤੋਂ ਰਹਿਤ ਹੋ ਗਈ, ਬਹੁ ਗਿਣਤੀ ਬਿਨਤੀ ਕਰ ਕਰਨੀ, ਉਸ ਫਿਰ ਧਰਤੀ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਬਹੁਤ ਪ੍ਰੇਮ ਪੂਰਵਕ ਅਰਦਾਸਾਂ ਕੀਤੀਆਂ, ਔਰ ਨਿਤ ਹਜ਼ਾਰਾਂ ਹੀ ਅਰਦਾਸਾਂ, ਨਿਤ ਰੋਜ਼ ਜੋਦੜੀਆਂ ਬੇਨਤੀਆਂ ਵਾਹਿਗੁਰੂ ਦੇ ਚਰਨਾਂ ਵਿੱਚ ਉਸ ਨੇ ਕਰਨੀਆਂ ਸ਼ੁਰੂ ਕੀਤੀਆਂ। ਜੋਗ ਜਗ ਤਪ ਸਖਤ ਨ ਰਹੀ, ਕਲਯੁਗ ਵਿੱਚ ਜੋਗ ਵਿੱਚ ਵੀ, ਜਗ ਵਿੱਚ ਵੀ, ਤਪ ਵਿੱਚ ਵੀ ਜਦੋਂ ਸ਼ਕਤੀ ਨਾ ਰਹੀ ਪਾਪਾਂ ਨੂੰ ਢੱਲਣ ਦੀ, ਸ਼ੁਭ ਕਰਮਨ ਬਿਨ ਨਰ ਗਤ ਲਹੀ, ਤੇ ਲੋਕ ਜਿਹੜੇ ਸੀ ਸ਼ੁਭ ਕਰਮਾਂ ਤੋਂ ਹੀਣੇ ਹੋ ਗਏ, ਖਾਲੀ ਹੋ ਗਏ, ਚੰਗੇ ਕਰਮ ਕਰਨੇ ਛੱਡ ਗਏ। ਪਾਪੀ ਲੋਕਾਂ ਦਾ ਸੁਭਾਅ ਪਾਪ ਕਰਮ ਕਰਨ ਵਾਲਾ ਬਣ ਗਿਆ, ਲੋਕ ਬਹੁਤੇ ਪਾਪ ਕਰਮ ਕਰਨ ਲੱਗ ਪਏ, ਸ਼ੁਭ ਕਰਮਾਂ ਨੂੰ ਲੋਕਾਂ ਨੇ ਪਿੱਠ ਦੇ ਦਿੱਤੀ। ਇਸ ਕਰਕੇ ਐਸੀ ਇਸ ਸ੍ਰਿਸ਼ਟੀ ਦੇ ਮਨੁੱਖਾਂ ਦੀ ਦਸ਼ਾ ਦੇਖ ਕੇ ਕਿ ਦੁਨੀਆ, ਜਪ ਤਪ, ਦਾਨ ਪੁੰਨ, ਜੱਗ, ਇਹ ਸਾਰਾ ਕੁਝ ਲੋਕ ਕਰਨਾ ਛੱਡ ਗਏ,
ਔਰ ਲੋਕਾਂ ਨੂੰ ਪਾਪ ਪਿਆਰੇ ਹੋ ਗਏ ਹੈ, ਦੁਨੀਆਂ ਪਾਪ ਕਰਦੀ ਫਿਰਦੀ ਹੈ। ਮੋਹੇ ਅਲੰਬ ਅਬ ਦੀਜਾ ਕੋਈ, ਧਰਤੀ ਨੇ ਪੁਕਾਰ ਕੀਤੀ ਹੈ ਪਰਮਾਤਮਾ ਹੈ ਵਾਹਿਗੁਰੂ ਪਰਮੇਸ਼ਰ, ਕੋਈ ਸ਼ੁਭ ਕਰਮ ਕਰਨ ਵਾਲਾ ਵੀ ਇਸ ਧਰਤੀ ਦੇ ਉੱਤੇ ਅੱਜ ਨਹੀਂ ਰਿਹਾ। ਇਸ ਕਰਕੇ ਮਹਾਰਾਜ ਮੈਨੂੰ ਆਪਣੇ ਦਰੋਂ ਆਸਰਾ ਬਖਸ਼ੋ, ਮੇਰਾ ਕੋਈ ਤੁਹਾਡੇ ਤੋਂ ਬਿਨਾਂ ਆਸਰਾ ਨਹੀਂ ਹੈ ਮਾਤ ਲੋਕ ਵਿੱਚ। ਸੱਚੇ ਪਾਤਸ਼ਾਹ ਮੈਂ ਡੋਲਦੀ ਡੋਲਦੀ ਜਾ ਰਹੀ ਹਾਂ, ਆਪ ਕਿਰਪਾ ਕਰਕੇ ਮੈਨੂੰ ਆਸਰਾ ਦੇਣਾ ਕਰੋ, ਧੀਰਜ ਦੇਣਾ ਕਰੋ। ਇਸ ਤਰ੍ਹਾਂ ਅਰਦਾਸਾਂ ਕੀਤੀਆਂ ਜਦੋਂ ਧਰਤੀ ਨੇ, ਜਿਸ ਤੇ ਥਿਰਾਂ ਧੀਰ ਔਰ ਹੋਈ, ਜਿਸ ਕਰਕੇ ਮੈਂ ਮਹਾਰਾਜ ਸਥਿਰ ਆਪਣੇ ਥਾਂ ਤੇ ਅਡੋਲ ਖੜੀ ਰਹਿ ਸਕਾਂ, ਮੈਨੂੰ ਵੀ ਧੀਰਜ ਬਖਸ਼ਣਾ ਕਰੋ। ਇਹ ਅਰਦਾਸਾਂ ਕੀਤੀਆਂ। ਧੰਨ ਗੁਰੂ ਅੰਗਦ ਦੇਵ ਜੀ ਨੂੰ ਵੀ ਸੰਗਤ ਜੀ ਗੁਰਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਉਸ ਤੋਂ ਪਹਿਲਾਂ ਕਿਹੋ ਜਿਹੀ ਹਾਲਾਤ ਸੀ ਇਸ ਧਰਤੀ ਦੇ ਜੀਵਾਂ ਦੀ? ਤਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜਾ ਮਾਵ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ ਹੋ, ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੁ ਨ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੁ ਨਾਨਕ ਕਿਨ ਵਿਧਗਤ ਹੋਈ। ਭਾਈ ਗੁਰਦਾਸ ਜੀ ਨੇ ਵੀ ਇਸ ਬਚਨ ਦਾ ਨਿਰਣਾ ਕੀਤਾ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾਏ, ਸੱਚੈ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ, ਕਿ ਧਰਤੀ ਨੇ ਪਾਪਾਂ ਦੇ ਭਾਰ ਤੋਂ ਵਿਆਕਲ ਹੋ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਹੈ। ਮਹਾਰਾਜ ਮੇਦਨੀ ਨਾਮ ਧਰਤੀ ਦਾ ਹੈ, ਧਰਤੀ ਨੇ ਅਰਦਾਸਾਂ ਕੀਤੀਆਂ, ਹੇ ਮਹਾਰਾਜ ਮੈਨੂੰ ਧੀਰਜ ਬਖਸ਼ੋ, ਮੈਂ ਡੋਲਦੀ ਡੋਲਦੀ ਜਾ ਰਹੀ ਹਾਂ, ਮੇਰੀ ਰੱਖਿਆ ਕਰੋ ਮਹਾਰਾਜ, ਕਿਉਂਕਿ ਕਲਕਾਤੀ ਰਾਜੇ ਕਾ ਸਾਈ, ਜਿਹੜੇ ਕਲਯੁਗ ਦੇ ਰਾਜੇ ਆ ਉਹ ਕਸਾਈ ਬਣ ਚੁੱਕੇ ਹੈ, ਪਰਜਾ ਨੂੰ ਪਰਜਾ ਦੀ ਰੱਖਿਆ ਕਰਨੀ ਪਾਲਣਾ ਕਰਨੀ ਇਹ ਰਾਜੇ ਦਾ ਅਧਿਕਾਰ ਹੈ, ਰਾਜੇ ਦਾ ਫਰਜ਼ ਹੈ, ਪਰ ਰਾਜੇ ਲੋਕ ਕਲਯੁਗ ਦੇ ਵਿੱਚ ਕਸਾਈ ਬਣ ਚੁੱਕੇ ਹੈ। ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ, ਧਰਮ ਖੰਭ ਲਾ ਕੇ ਧਰਤੀ ਤੋਂ ਉੱਡ ਗਿਆ, ਕੂੜਾ ਮਾਵ ਸੱਚ ਚੰਦਰਮਾ, ਝੂਠ ਦੀ ਮੱਸਿਆ ਦੀ ਕਾਲੀ ਬੋਲੀ, ਰਾਤ ਦਾ ਗਾੜਾ ਹਨੇਰਾ ਪਿਆ ਹੋਇਆ ਹੈ, ਦਿਸੈ ਕੂੜਾ ਮਾਵ ਸੱਚ ਚੰਦਰਮਾ, ਸਚਿਆਈ ਦਾ ਸੱਚ ਦਾ ਚੰਦਰਮਾ ਕਿਤੇ ਚੜਿਆ ਦਿਖਾਈ ਨਹੀਂ ਦੇ ਰਿਹਾ, ਕਿਤੋਂ ਐਸੀ ਸਚਿਆਈ ਦੀ ਕਿਰਨ ਨਜ਼ਰ ਨਹੀਂ ਆ ਰਹੀ, ਕੂੜਾ ਮਾਵ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ ਹੋ, ਭਾਲ ਵਿਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਭਾਲਦੀ ਫਿਰਦੀ ਹੈ ਧਰਤੀ, ਵਿਆਕਲ ਹੋ ਕੇ ਪਰਮਾਤਮਾ ਦੇ ਦਰ ਤੇ ਅਰਦਾਸਾਂ ਕਰਦੀ ਹੈ ਕਿ ਐਸੇ ਪਾਪਾਂ ਦੇ ਹਨੇਰੇ ਵਿੱਚ ਮੇਰਾ ਕੋਈ ਰਾਹ ਦਰਸੇਰਾ, ਰਾਹ ਦਿਖਾਉਣ ਵਾਲਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਉਸ ਵਕਤ ਅਰਦਾਸ ਕੀਤੀ ਧਰਤੀ ਨੇ, ਕੂੜਾ ਮਾਵ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ ਹੋ, ਭਾਲ ਵਿਕੁੰਨੀ ਹੋਈ, ਅੰਧੇਰਾ ਰਾਹੁ ਨਾ ਕੋਈ, ਵਿੱਚ ਹਉਮੈ ਕਰ ਦੁੱਖ ਰੋਈ। ਇਹ ਲੁਕਾਈ ਹਉਮੈ ਦੇ ਦੁੱਖਾਂ ਵਿੱਚ ਰੋਈ, ਰੋਂਦੀ ਪਿੱਟਦੀ ਫਿਰਦੀ ਹੈ। ਹਉਮੈ ਹੰਕਾਰ ਜੀਵਾਂ ਦੇ ਸਿਰ 'ਤੇ ਭਾਰੂ ਹੋ ਚੁੱਕਾ ਹੈ,
ਇਸ ਕਰਕੇ ਕਹੁ ਨਾਨਕ ਕਿਨ ਵਿਦਗਤ ਹੋਈ। ਹੇ ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਿਨਾਂ ਮੇਰੀ ਕਲਿਆਣ ਕਿਵੇਂ ਹੋਏਗੀ? ਮੇਰਾ ਸਹਾਰਾ ਕੌਣ ਬਣੇਗਾ? ਮੇਰੀ ਰੱਖਿਆ ਕੌਣ ਕਰੇਗਾ? ਜਦੋਂ ਧਰਤੀ ਨੇ ਅਰਦਾਸ ਕੀਤੀ ਨਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ, ਤਾਂ ਉਸ ਵਕਤ ਪਾਰ ਬ੍ਰਹਮ ਅਚਰਜ ਜਿਸ ਚਰਤਾ, ਜਿਸ ਵਾਹਿਗੁਰੂ ਦੇ ਕੌਤਕ ਅਸਚਰਜ ਤੋਂ ਅਸਚਰਜ ਹਨ, ਜਿਸ ਨੂੰ ਪਾਰ ਬ੍ਰਹਮ ਕਿਹਾ ਜਾਂਦਾ ਹੈ, ਜੋ ਪਾਪਾਂ ਪੁੰਨਾਂ ਤੋਂ ਨਿਰਲੇਪ ਹੈ, ਬ੍ਰਹਮ ਵਿਆਪਕ ਹੈ, ਪ੍ਰਕਿਰਤੀ ਦੁਆਰਾ ਜਿਸਦਾ ਅੰਤ ਨਹੀਂ ਪਾਇਆ ਜਾਂਦਾ, ਜਿਸ ਦੇ ਜਿਹੜੇ ਕੌਤਕ ਹੈ ਉਸ ਦੇ ਵਾਹਿਗੁਰੂ ਦੇ ਕੌਤਕਾਂ ਨੂੰ ਮਨ ਬੁੱਧੀ ਦੁਆਰਾ ਜਾਣਿਆ ਨਹੀਂ ਜਾ ਸਕਦਾ। ਮਨ ਬੁੱਧੀ ਤਾਂ ਕੇਵਲ ਉੱਥੇ ਅਸਚਰਜ ਹੋ ਕੇ ਰਹਿ ਜਾਂਦੀ ਹੈ, ਮਨ ਬੁੱਧੀ ਕੋਲੇ ਕੋਈ ਪ੍ਰਮਾਣ ਨਹੀਂ ਰਹਿ ਜਾਂਦਾ, ਦਲੀਲ ਨਹੀਂ ਰਹਿ ਜਾਂਦੀ, ਕੋਈ ਸ਼ਬਦ ਨਹੀਂ ਰਹਿ ਜਾਂਦਾ ਕਿ ਪਰਮਾਤਮਾ ਦੇ ਕੌਤਕਾਂ ਦੀ ਕੋਈ ਵਿਆਖਿਆ ਕਰਕੇ ਕੀ ਦੱਸੇ, ਕੀ ਦੁਨੀਆਂ ਨੂੰ ਸਮਝਾਵੇ। ਵਾਹਿਗੁਰੂ ਦੇ ਕੌਤਕਾਂ ਅੱਗੇ ਤਾਂ ਨਤਮਸਤਕ ਹੋ ਕੇ ਝੁਕਣਾ ਹੀ ਪੈਂਦਾ, ਐਸੇ ਐਸੇ ਕੌਤਕ ਮੇਰਾ ਵਾਹਿਗੁਰੂ ਰਚਦਾ, ਐਸੇ ਐਸੇ ਕੌਤਕ ਕਰਦਾ। ਖਿਨ ਮਹਿ ਥਾਪੋ ਥਾਪੇ ਠਾਕੁਰ, ਖਿਨ ਵਿੱਚ ਥਾਪ ਦਿੰਦਾ, ਖਿਨ ਵਿੱਚ ਉਡਾ ਦਿੰਦਾ, ਐਸੇ ਉਹਦੇ ਕੌਤਕ ਹਨ। ਐਸਾ ਜੋ ਅਸਚਰਜ ਸਰੂਪ ਹੈ, ਸਭ ਜਗ ਕਰਤਾ ਭਰਤਾ ਹਰਤਾ, ਸਾਰੇ ਸੰਸਾਰ ਨੂੰ ਬਣਾਉਣ ਵਾਲਾ, ਸਾਰੇ ਸੰਸਾਰ ਨੂੰ ਪਾਲਣ ਵਾਲਾ, ਭਰਤਾ ਦਾ ਹੁੰਦਾ ਪਾਲਣ ਵਾਲਾ, ਸਾਰੇ ਸੰਸਾਰ ਦਾ ਨਾਸ ਕਰਨ ਵਾਲਾ ਹੈ, ਸਾਰਾ ਕੁਝ ਕਰਨ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਆਪ ਹੀ ਹੈ। ਧਰਿਓ ਆਨ ਸ਼੍ਰੀ ਨਾਨਕ ਰੂਪ, ਸਾਰੇ ਆਖੋ ਭਾਈ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਕਹਿ ਰਹੇ ਹੈ ਕਿ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆ ਕੇ ਮਾਤ ਲੋਕ 'ਤੇ ਅਵਤਾਰ ਧਾਰਿਆ। ਇਹ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਮੁਖਾਰਬਿੰਦ ਤੋਂ ਆਪ ਕਰ ਰਹੇ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕਹਿੰਦੇ ਨਿਰਾਕਾਰ ਜੋ ਪਰਮਾਤਮਾ ਹੈ ਉਹ ਆਪ ਨਾਰਾਇਣ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਆਪ ਇਸ ਸੰਸਾਰ ਦੇ ਉੱਤੇ ਆਇਆ। ਆਪ ਨਾਰਾਇਣ ਕਲਾ ਧਾਰ, ਸਾਰੀਆਂ ਸ਼ਕਤੀਆਂ ਧਾਰਨ ਕਰਕੇ, ਕਿਉਂਕਿ ਆਪ ਤਾਂ ਉਹ ਨਿਰਾਕਾਰ ਹੀ ਹੈ ਨਾ, ਉਹ ਜਿਹੜਾ ਨਿਰਾਕਾਰ ਸਰੂਪ ਪਰਮੇਸ਼ਰ ਹੈ, ਜਿਸ ਦੀ ਸੱਤਾ ਜਿਸ ਦੀ ਸ਼ਕਤੀ ਸਾਰੇ ਨਰਾਂ ਦੇ ਵਿੱਚ ਆਈ ਹੋਈ ਵਿਆਪਕ ਹੋ ਰਹੀ ਹੈ ਔਰ ਵਰਤ ਰਹੀ ਹੈ, ਉਹ ਨਾਰਾਇਣ ਪਰਮੇਸ਼ਰ ਆਪ ਸਾਰੀਆਂ ਸ਼ਕਤੀਆਂ ਲੈ ਕਰਕੇ ਮਾਤ ਲੋਕ 'ਤੇ ਆਇਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਜਗਤ ਦੇ ਵਿੱਚ ਪ੍ਰਵਿਰਤ ਹੋਏ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹ ਨਿਰਾਕਾਰ ਵਾਹਿਗੁਰੂ ਨੇ ਆਪਣਾ ਆਕਾਰ ਜੋਤੀ ਸਰੂਪ ਦੇ ਵਿੱਚ ਬਣਾਇਆ, ਭਾਵ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਉਹ ਮਨੁੱਖਾ ਜਾਮੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਮਾਤ ਲੋਕ 'ਤੇ ਆਏ ਹਨ। ਕਲਮਲ ਹੋਈ ਮੇਦਨੀ,
ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਇਸੇ ਹੀ ਤਰ੍ਹਾਂ ਤਿੰਨ ਬੇਦੀਆਂ ਕੀ ਕੁੱਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ। ਦਰਬਾਰੀ ਦਾਸ ਜੀ ਨੇ ਬੜਾ ਸੁੰਦਰ ਸਤਿਗੁਰੂ ਜੀ ਦਾ ਜਸ ਕੀਤਾ ਹੈ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪ੍ਰਲੋਕ ਸੁਣਿਓ, ਵਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਾਮਾ ਲੈ ਕੇ ਆਪ ਮਾਤ ਲੋਕ ਤੇ ਆਏ ਹਨ। ਗੁਰਸਿੱਖੀ ਉਪਜਾਏ ਅਨੂਪ, ਐਸੀ ਅਨੂਪਮ ਜਿਸ ਸਿੱਖੀ ਦੀ ਮਹਿਮਾ ਨਹੀਂ ਕਰਕੇ ਦੱਸੀ ਜਾ ਸਕਦੀ। ਇੱਕ ਜਵਾਨ ਤੋਂ ਕਰੋੜਾਂ ਜਵਾਨਾਂ ਵੀ ਮਿਲ ਕੇ ਮਹਿਮਾ ਨਹੀਂ ਕਰ ਸਕਦੀਆਂ। ਐਸੀ ਅਨੂਪਮ ਗੁਰਸਿੱਖੀ ਦੀ ਰੀਤੀ, ਗੁਰਸਿੱਖੀ ਦੀ ਮਰਯਾਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਪ੍ਰਵਿਰਤ ਕੀਤੀ ਹੈ, ਚਲਾਉਣਾ ਕੀਤੀ ਹੈ। ਸ਼ਕਤ ਬਹੀਨ ਹੇਰ ਨਰ ਸਾਰੇ, ਗੁਰੂ ਨਾਨਕ ਸਾਹਿਬ ਨੇ ਕੀ ਵੇਖਿਆ ਕਿ ਜਿੰਨੇ ਵੀ ਮਾਤ ਲੋਕ ਦੇ ਲੋਕ ਹੈ, ਮਨੁੱਖ ਹੈ, ਇਹ ਸ਼ਕਤੀ ਤੋਂ ਹੀਣੇ ਹੈ। ਕਿਸੇ ਵੀ ਤਰ੍ਹਾਂ ਦੀ ਇਹਨਾਂ ਵਿੱਚ ਸ਼ਕਤੀ ਨਹੀਂ, ਨਾ ਤਾਂ ਸਰੀਰ ਵਿੱਚ ਕੋਈ ਬਲ ਹੈ, ਕੋਈ ਤਾਕਤ ਨਹੀਂ, ਨਾ ਕੋਈ ਇਹਨਾਂ ਦੇ ਪਾਸ ਆਤਮ ਸ਼ੁੱਧੀ ਦੀ ਵੀ ਸ਼ਕਤੀ ਨਹੀਂ, ਭਾਵ ਮਨ ਨਿਰਮਲ ਨਹੀਂ ਹਨ, ਬੁੱਧੀਆਂ ਮਲੀਨ ਹਨ, ਬੁੱਧੀਆਂ ਵੀ ਉੱਜਲ ਨਹੀਂ ਹਨ। ਔਰ ਅੱਗੇ ਦੱਸਦੇ ਐ, ਯੋਗ ਨਾ ਜਗ ਨਾ ਤਪ ਕੁਛ ਧਾਰੇ, ਨਾ ਇਹ ਯੋਗ ਦੀ ਸਾਧਨਾ ਕਰ ਸਕਦੇ ਐ। ਯੋਗ ਤਾਂ ਹੁੰਦਾ ਸੰਗਤ ਜੀ ਦੇ ਸਰੀਰ ਐਨ ਪੂਰਾ ਨਰੋਗ ਔਰ ਨਰੋਆ ਬਲਵਾਨ ਸ਼ਕਤੀਸ਼ਾਲੀ ਹੋਵੇ, ਤਾਂ ਕਿਤੇ ਯੋਗ ਦੀ ਸਾਧਨਾ ਹੁੰਦੀ ਹੈ। ਆਪਾਂ ਤਾਂ ਸੰਗਤ ਵਿੱਚ ਇੱਕ ਘੰਟਾ ਚੌਂਕੜਾ ਮਾਰ ਕੇ ਬੈਠਣਾ ਔਖਾ, ਯੋਗ ਸਾਧਨਾ ਕਰਨ ਵਾਲੇ ਨੂੰ ਤਾਂ 84 ਆਸਣ ਸਿੱਧ ਕਰਨੇ ਪੈਂਦੇ ਆ। ਸਭ ਤੋਂ ਪਹਿਲਾਂ 84 ਲੱਖ ਜੂਨਾਂ ਕਹਿੰਦੇ ਮਾਤ ਲੋਕ ਵਿੱਚ, ਜਿਵੇਂ ਜਿਵੇਂ ਉਹਨਾਂ ਦੀ ਸਰੀਰਾਂ ਦੀ ਪ੍ਰਕਿਰਤੀ ਪਰਮਾਤਮਾ ਨੇ ਬਣਾਈ ਹੈ, ਜਿਵੇਂ ਉਹ ਚੱਲਦੇ ਬੈਠਦੇ ਹੈ, ਕਹਿੰਦੇ ਉਸ ਤਰ੍ਹਾਂ ਆਪਣੇ ਸਰੀਰ ਨੂੰ ਸਾਧਨ ਕਰ ਕਰਕੇ, ਮਿਹਨਤ ਮੁਸ਼ਕਤ ਕਰ ਕਰਕੇ ਉਸ ਤਰ੍ਹਾਂ ਸਰੀਰ ਦੇ ਆਸਣ ਜਮਾ ਲੈਣੇ। ਫਿਰ ਕਹਿੰਦੇ ਵੇਖਿਆ ਯੋਗ ਦੇ ਅਭਿਆਸੀਆਂ ਨੇ ਜਾਂ ਯੋਗ ਨੂੰ ਪ੍ਰਵਿਰਤ ਕਰਨ ਵਾਲੇ ਭਗਵਾਨ ਸ਼ੰਕਰ ਨੇ ਕਿ 84 ਲੱਖ ਜੂਨਾਂ ਵਾਂਗੂ ਉਨੇ ਸਾਧਨ, ਉਨੇ ਆਸਣ ਤਾਂ ਜਮਾ ਨਹੀਂ ਸਕਦੇ। ਫਿਰ ਉਹਨਾਂ ਨੇ 84,000 ਰੱਖ ਲਏ। 84 ਤੋਂ ਵੀ ਫਿਰ ਉਹਨਾਂ ਨੇ ਕੇਵਲ ਇਕੱਲੇ 84 ਆਸਣ, 84 ਵਿੱਚੋਂ ਵੀ 4 ਆਸਣ ਸਿੱਧ ਆਸਣ, ਪਦਮ ਆਸਣ, ਮਹਾਂ ਪਦਮ ਆਸਣ, ਸੋ ਐਸੇ ਆਸਣ। ਅਤੇ ਆਪਣੇ ਤੋਂ ਤਾਂ ਇੱਕ ਸਿੱਧਾ ਆਸਣ ਚੌਂਕੜਾ ਵੀ ਨਹੀਂ ਮਾਰਿਆ ਜਾਂਦਾ, ਯੋਗ ਆਪਾਂ ਕੀ ਕਰ ਲੈਣਾ, ਪ੍ਰਾਣਾਯਾਮ ਆਪਾਂ ਕੀ ਕਰ ਲੈਣਾ, ਨੇਤੀ ਧੋਤੀ ਆਪਾਂ ਕੀ ਕਰ ਲੈਣੀ ਹੈ, ਕਾਇਆ ਕਲਪ ਆਪਾਂ ਕਿੱਥੋਂ ਕਰ ਲੈਣੀ ਹੈ, ਪ੍ਰਾਣਾਯਾਮ ਦੀ ਸਾਧਨਾ ਅਸੀਂ ਕਿਵੇਂ ਕਰ ਸਕਦੇ ਹਾਂ।
ਇਹ ਸਾਰੇ ਯੋਗ ਦੇ ਸਾਧਨ ਹਨ, ਇਹ ਬੜੇ ਕਠਿਨ ਹਨ। ਲੋਕ ਪ੍ਰਾਣਾਯਾਮ ਯੋਗ ਸਾਧਨਾ ਕਰਕੇ ਲੰਮਾ ਲੰਮਾ ਸਮਾਂ ਦਸਮ ਦੁਆਰ ਦੇ ਵਿੱਚ ਸਵਾਸਾਂ ਨੂੰ ਰੋਕ ਕੇ ਸਮਾਧੀਆਂ ਵਿੱਚ ਬੈਠੇ ਰਹਿੰਦੇ, ਲੰਮੀਆਂ ਉਮਰਾਂ ਵਧਾ ਲੈਂਦੇ ਔਰ ਸਾਧ ਸੰਗਤ ਦੇ ਸਰੀਰ ਨੂੰ ਨਿਰੋਗ ਰੱਖ ਲਿਆ ਕਰਦੇ ਸਨ। ਪਰ ਕਲਯੁੱਗ ਵਿੱਚ ਸਰੀਰਾਂ ਵਿੱਚ ਬਲ ਨਹੀਂ ਰਿਹਾ, ਸ਼ਕਤੀ ਨਹੀਂ ਰਹੀ, ਤਾਕਤ ਨਹੀਂ ਰਹੀ। ਤੁਸੀਂ ਵੇਖ ਲਓ ਸਰੀਰ ਕਿੰਨੇ ਕਮਜ਼ੋਰ ਹੋ ਗਏ ਆ। ਦਿਨ ਬ ਦਿਨ ਸਰੀਰਾਂ ਦੀ ਜਿਹੜੀ ਸੱਤਾ ਉਹ ਸ਼ਕਤੀਹੀਣ ਹੁੰਦੀ ਜਾ ਰਹੀ ਹੈ। ਸਰੀਰਾਂ ਵਿੱਚ ਤਾਕਤ ਨਹੀਂ ਰਹੀ, ਸਮਰੱਥਾ ਨਹੀਂ ਰਹੀ। ਕਿੱਥੇ ਲੋਕ ਹਜ਼ਾਰਾਂ ਵਰ੍ਹਿਆਂ ਦੀ ਉਮਰ ਭੋਗ ਲੈਂਦੇ, ਸਤਿਯੁਗ ਲੱਖਾਂ ਲੱਖਾਂ ਵਰ੍ਹਿਆਂ ਦੀ ਲੋਕਾਂ ਦੀ ਉਮਰ ਹੁੰਦੀ। ਗੁਰਬਾਣੀ ਵਿੱਚ ਮਾਰਕੰਡੇ ਦਾ ਨਾਮ ਸੁਣਿਆ, ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ, ਲੱਖ ਵਰ੍ਹਿਆਂ ਦੀ ਆਰਜਾ, ਕੋਠੇ ਕੋੜ ਨਾ ਮੰਡਪ ਸਾਜੇ, ਵਕਤ ਗੁਜ਼ਾਰਨ ਬਨ ਵਿਖੈ, ਕਰਨ ਤਪੱਸਿਆ ਬਨ ਵਿਖੈ, ਵਕਤ ਗੁਜ਼ਾਰਨ ਪਿੰਨੀ ਸਾਗੇ। ਕਹਿੰਦੇ ਲੱਖਾਂ ਲੱਖਾਂ ਵਰ੍ਹਿਆਂ ਦੀ ਉਮਰ ਹੁੰਦੀ, ਉਸ ਉਮਰ ਨੂੰ ਯੋਗ ਸਾਧਨਾ ਵਿੱਚ ਲਾ ਕੇ ਆਪਣੀ ਉਮਰ ਨੂੰ ਬਤੀਤ ਕਰਿਆ ਕਰਦੇ ਸਨ। ਲੱਖ ਲੱਖ ਵਰ੍ਹੇ ਦੀ ਉਮਰ ਵਿੱਚ ਯੋਗ ਸਾਧਨਾ ਕਰਦੇ ਕਰਦੇ ਰਹਿਣਾ, ਸੋਇਓ ਫਿਰ ਤ੍ਰੇਤੇ ਵਿੱਚ ਹਜ਼ਾਰਾਂ ਵਰ੍ਹੇ ਦੀ ਆ ਗਈ, ਦੁਆਪਰ ਵਿੱਚ ਉਸ ਤੋਂ ਘੱਟ ਗਈ, ਕਲਯੁੱਗ ਦੇ ਵਿੱਚ 100 ਸਾਲ ਦੀ ਰਹਿ ਗਈ। 100 ਸਾਲ ਪਹਿਲਾਂ ਬਜ਼ੁਰਗ ਸਵਾ ਸਵਾ 100 ਸਾਲ, 150-150 ਸਾਲ ਦੇ ਸਰੀਰ ਹੁੰਦੇ, ਹੁਣ ਤਾਂ ਬਹੁਤ ਹੀ ਘੱਟ ਉਮਰਾਂ ਰਹਿ ਗਈਆਂ ਹਨ। ਇਸ ਕਰਕੇ ਯੋਗ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਸਰੀਰ ਬੜੇ ਕਮਜ਼ੋਰ ਹੈ, ਇਹ ਯੋਗ ਨਹੀਂ ਵਿਚਾਰੇ ਕਰ ਸਕਣਗੇ, ਇਹ ਤਾਂ ਮਸਾਂ ਮਸਾਂ ਕਿਰਤ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਭਰਦੇ, ਟੱਬਰ ਪਾਲਦੇ ਹੈ, ਯੋਗ ਇਹਨਾਂ ਨੇ ਕਿੱਥੋਂ ਕਰ ਲੈਣਾ। ਫਿਰ ਜੱਗ ਜਿਹਦੇ ਕੋਲ ਬਹੁਤਾ ਧਨ ਹੋਵੇ ਉਹੀ ਜੱਗ ਕਰਦਾ, ਲੋਕ ਵੱਡੇ ਵੱਡੇ ਜੱਗ ਕਰਦੇ। ਜੱਗ ਜੇ ਸੌਖਾ ਸਮਝ ਨਹੀਂ ਆਉਂਦਾ ਤਾਂ ਭਾਵ ਵੱਡੇ ਵੱਡੇ ਭੰਡਾਰੇ ਲੰਗਰ ਕਰਨੇ ਜਿਹਦੇ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਛਕਾਉਣਾ। ਔਰ ਜੱਗ ਦਾ ਨਿਯਮ ਹੁੰਦਾ ਸੀ, ਜੋ ਵੀ ਜੱਗ ਲੱਗੇ ਤੋਂ ਜੋ ਵੀ ਵਸਤੂ ਜੱਗ ਕਰਾਉਣ ਵਾਲੇ ਕੋਲੋਂ ਮੰਗਦਾ ਉਹਨੂੰ ਦੇਣੀ ਪੈਂਦੀ ਸੀ। ਸਾਧ ਸੰਗਤ ਜੀ ਸ਼ਿਵਜੀ ਤੁਰੇ ਜਾਂਦੇ ਆ, ਨਾਲ ਪਾਰਵਤੀ ਤੁਰੀ ਜਾਂਦੀ ਹੈ, ਤਾਂ ਪਾਰਵਤੀ ਕਹਿਣ ਲੱਗੀ, ਸਵਾਮੀ ਆਪਾਂ ਸਾਰੀ ਜ਼ਿੰਦਗੀ ਮਸਾਣਾ ਵਿੱਚ ਰਹਿ ਕੇ ਗੁਜ਼ਾਰ ਲਈ, ਕਦੇ ਸੁਮੇਰ ਪਰਬਤ 'ਤੇ, ਕਦੇ ਕਿਤੇ, ਕਦੇ ਕਿਤੇ, ਆਪਣੇ ਰਹਿਣ ਵਾਸਤੇ ਕੋਈ ਮਕਾਨ ਕੋਈ ਜਗ੍ਹਾ ਨਹੀਂ ਬਣਾਈ। ਭਗਵਾਨ ਸ਼ਿਵ ਕਹਿਣ ਲੱਗੇ, ਪਾਰਵਤੀ ਫੁਰਨਾ ਨਾ ਕਰ, ਜਿੱਥੇ ਜਿੱਥੇ ਪਰਮਾਤਮਾ ਵਾਹਿਗੁਰੂ ਕਿਸੇ ਨੂੰ ਰੱਖਦਾ ਉੱਥੇ ਹੀ ਠੀਕ ਰਹਿੰਦਾ। ਉਹਨੇ ਆਪਣੀ ਪਰਾਰਭ ਦੇ ਇਸ ਤਰ੍ਹਾਂ ਦੀ ਲਿਖੀ ਹੈ ਵੀ ਇੱਕ ਬੈਲ ਰੱਖੀ ਰੱਖੋ ਕੋਲੇ, ਅਤੇ ਮਸਾਣ ਭੂਮਿਕਾ ਦੀ ਵਿਭੂਤੀ ਸਰੀਰ 'ਤੇ ਮਲ ਲਿਆ ਕਰੋ ਅਤੇ ਆਪਣਾ ਗੁਜ਼ਾਰਾ ਕਰੀ ਚੱਲੋ, ਜਿੱਥੇ ਜਗ੍ਹਾ ਮਿਲ ਜੇ ਰੁਕ ਗਏ, ਨਹੀਂ ਤਾਂ ਅੱਗੇ ਨੂੰ ਤੁਰ ਪਏ। ਪਰ ਸਾਧ ਸੰਗਤ ਜੀ ਪਾਰਵਤੀ ਨੇ ਹੱਠ ਕਰ ਲਿਆ, ਕਹਿੰਦੇ ਚੰਗਾ ਦੱਸ ਫਿਰ ਕਿਹੋ ਜਿਹੀ ਜਗ੍ਹਾ ਬਣਾਈਏ। ਕਹਿੰਦੀ
ਸਮੁੰਦਰ ਦੇ ਵਿੱਚ ਆਲੇ ਦੁਆਲੇ ਨਿਰਮਲ ਜਲ ਹੋਵੇ, ਉੱਚੀ ਪਹਾੜੀ ਹੋਵੇ ਅਤੇ ਬਹੁਤਾ ਰਮਣੀਕ ਥਾਂ ਹੋਵੇ, ਆਪਾਂ ਉੱਥੇ ਬਣਾਈਏ। ਚਲਦੇ ਚਲਦੇ ਲੰਕਾ ਪਹੁੰਚ ਗਏ, ਪਾਰਵਤੀ ਨੂੰ ਜਗ੍ਹਾ ਪਸੰਦ ਆ ਗਈ। ਮਾਤਾ ਪਾਰਵਤੀ ਆਖਣ ਲੱਗੀ ਇੱਥੇ ਬਣਾਓ। ਕਹਿਣ ਲੱਗੇ ਮੈਂ ਤਾਂ ਤਿਆਗੀ ਵਿਰਾਗੀ ਸਾਧੂ ਹੈ, ਤੂੰ ਦੱਸ ਤੇਰਾ ਫੁਰਨਾ ਕਿਹੋ ਜਿਹਾ। ਕਹਿਣ ਲੱਗੀ ਇਹੋ ਜਿਹਾ ਹੈ ਪਤੀ ਦੇ, ਮਕਾਨ ਬਣਾ, ਮਹਿਲ ਬਣਾ, ਜਿਹੜਾ ਅੱਜ ਤੱਕ ਕਿਸੇ ਚੱਕਰਵਰਤੀ ਬਾਦਸ਼ਾਹ ਨੇ ਵੀ ਆਪਣੇ ਰਹਿਣ ਲਈ ਨਾ ਬਣਾਇਆ ਹੋਵੇ। ਕਹਿਣ ਲੱਗੇ ਠੀਕ ਹੈ। ਸੋਨੇ ਦੀ ਲੰਕਾ ਹੀ ਬਣਾ ਦਿੱਤੀ ਸਾਰੀ। ਕਹਿੰਦੇ ਭਾਗਵਾਨ ਨੇ ਜਦੋਂ ਮਕਾਨ ਆਦਿਕ ਬਣ ਜਾਏ ਉਹਦਾ ਸ਼ੁਭ ਮਹੂਰਤ ਕਰੀਦਾ, ਇਸ ਕਰਕੇ ਆਪਾਂ ਜੱਗ ਕਰੀਏ, ਸਾਧੂਆਂ ਨੂੰ ਬੁਲਾਈਏ, ਸੰਗਤਾਂ ਨੂੰ ਬੁਲਾਈਏ, ਭੋਜਨ ਛਕਾਈਏ, ਤਾਂ ਇਸ ਬਣਾਈ ਹੋਈ ਲੰਕਾ ਮਕਾਨ ਵਿੱਚ ਰਹਿਣਾ ਸਾਡੇ ਲਈ ਸੁਖਦਾਇਕ ਰਹੇਗਾ, ਜੇ ਸਾਧੂ ਸੰਤ ਮਹਾਤਮਾ ਸੰਗਤਾਂ ਇੱਥੇ ਚਰਨ ਪਾਉਣਗੀਆਂ। ਕਹਿੰਦੀ ਜੀ ਬਿਲਕੁਲ ਠੀਕ ਹੈ, ਆਪਾਂ ਨੂੰ ਕਰਨਾ ਚਾਹੀਦਾ। ਇੰਨਾ ਧਨ ਖਰਚ ਕੇ ਐਡੀ ਵੱਡੀ ਸੋਨੇ ਦੀ ਲੰਕਾ ਬਣਾਈ ਹੈ, ਜਿੰਨਾ ਖਰਚ ਕੀਤਾ ਉਹਦਾ ਹਿੱਸਾ ਕੁਝ ਨਾ ਕੁਝ ਦਾਨ ਵਿੱਚ ਵੀ ਦੇਣਾ ਚਾਹੀਦਾ, ਜਿਵੇਂ ਸਾਨੂੰ ਦਸਵੰਧ ਦੇਣ ਦਾ ਹੁਕਮ ਹੈ। ਕਹਿੰਦੇ ਚਲੋ ਜੀ ਕਰੋ ਤਿਆਰੀਆਂ। ਤਿਆਰੀਆਂ ਕਰ ਲਈਆਂ ਪੂਰੀਆਂ, ਸਾਧ ਸੰਗਤ ਜੀ ਨਿਮੰਤਰਣ ਸੱਦੇ ਭੇਜ ਦਿੱਤੇ, ਜਿੱਥੇ ਜਿੱਥੇ ਕੋਈ ਸਾਧੂ ਮਹਾਤਮਾ ਜੋਗੀ ਮਠਾਂ ਵਿੱਚ ਰਹਿਣ ਵਾਲੇ ਜਿੱਥੇ ਜਿੱਥੇ ਵੀ ਕੋਈ ਸਨ, ਲੋਕਾਂ ਨੂੰ ਵੀ ਫਲਾਣੇ ਦਿਨ ਜੱਗ ਹੈ ਲੰਕਾ ਦੇ ਵਿੱਚ, ਭਗਵਾਨ ਸ਼ਿਵ ਵੱਲੋਂ ਨਿਮੰਤਰਣ ਆਇਆ, ਕਿਹੜਾ ਹੁਣ ਮੋੜੇ, ਲੱਖਾਂ ਦੀ ਗਿਣਤੀ ਵਿੱਚ ਲਾਈਨਾਂ ਲਾ ਕੇ ਤੁਰੇ ਆਉਂਦੇ ਆ ਸਾਰੇ। ਇੰਨੇ ਸਵਾਦਿਸ਼ਟ ਭੋਜਨ ਬਣਾਏ ਕਿ ਲੋਕ ਖਾ ਖਾ ਕੇ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ। ਫਿਰ ਜਦੋਂ ਭੋਜਨ ਛੱਕ ਕੇ ਹਟਦੇ ਹੈ, ਜੋ ਕੋਈ ਵਸਤਰ ਮੰਗਦਾ, ਜਿੰਨੇ ਮੰਗਦਾ ਉਨੇ ਵਸਤਰ ਦੇਈ ਜਾਂਦੇ ਹੈ। ਪਾਰਵਤੀ ਦੀ ਡਿਊਟੀ ਹੈ ਕਿ ਤੂੰ ਸਾਰਿਆਂ ਨੂੰ ਧਨ ਵੰਡਣਾ ਔਰ ਸਾਰਿਆਂ ਦੀ ਪੂਜਾ ਕਰਨੀ ਹੈ, ਜੋ ਮੰਗੇ ਜੋ ਵੀ ਲੈ ਲਵੇ ਉਹੀ ਦੇਣਾ, ਇਨਕਾਰ ਨਹੀਂ ਕਰਨਾ। ਸਤ ਸੰਗਤ ਜੀ ਸਾਰੇ ਜੋ ਜੋ ਮੰਗਿਆ, ਹੀਰੇ ਜਵਾਹਰਾਤ ਸੋਨਾ ਚਾਂਦੀ ਵਸਤਰਾਂ ਤੋਂ ਲੈ ਕੇ ਸਾਰਾ ਕੁਝ ਦਿੱਤਾ। ਬਸਰਬਾ ਮੁਨੀ ਆਇਆ, ਕਹਿਣ ਲੱਗੇ ਵੀ ਤੂੰ ਦੱਸ ਤੇਰੀ ਕੀ ਇੱਛਾ। ਕਹਿੰਦਾ ਮੇਰੀ ਇੱਛਾ ਪੂਰੀ ਕਰੋਂਗੇ? ਸ਼ੰਕਰ ਜੀ ਕਹਿੰਦੇ ਕਿਉਂ ਨਹੀਂ ਕਰਾਂਗੇ, ਜੱਗ ਦੀ ਮਰਜ਼ਾਦਾ, ਜੋ ਮੰਗ ਲਵੇ ਦੇਣਾ ਪੈਂਦਾ ਦੇਵਾਂਗੇ। ਕਹਿੰਦਾ ਚੰਗਾ, ਚਾਰ ਦੁਆਰੀ ਤੋਂ ਬਾਹਰ ਹੋ ਜਾਓ, ਸੋਨੇ ਦੀ ਲੰਕਾ ਦੇ ਦਿਓ ਮੈਨੂੰ। ਇਹ ਰਾਵਣ ਦਾ ਬਾਪ ਸੀ ਸਾਧ ਸੰਗਤ ਜੀ, ਉਹੀ ਮੰਗ ਲਈ ਵਿਚਾਰਿਆਂ ਤੋਂ। ਪਾਰਵਤੀ ਨੂੰ ਸ਼ੰਕਰ ਜੀ ਕਹਿਣ ਲੱਗੇ ਭੋਲੀਏ, ਕਰ ਲੈ ਬੈਲ ਤਿਆਰ, ਰਹਿ ਲੈ ਲੰਕਾ ਵਿੱਚ, ਦੇਣੀ ਪੈਣੀ ਹੈ, ਮੰਗ ਲਈ ਉਹਨੇ, ਆਪਾਂ ਨੂੰ ਰੱਬ ਨੇ ਸ਼ਮਸ਼ਾਨ ਵਿੱਚ ਹੀ ਰੱਖਣਾ, ਆਪਾਂ ਉੱਥੇ ਹੀ ਰਹਿੰਦੇ ਚੰਗੇ ਲੱਗਦੇ। ਇਉਂ ਸਾਧ ਸੰਗਤ ਜੀ ਉਹ ਸਾਰੀ ਲੰਕਾ ਉਹਨੂੰ ਦੇ ਦਿੱਤੀ, ਆਪ ਵਿਚਾਰੇ ਚੁੱਪ ਕਰਕੇ ਚੱਲ ਪਏ। ਇਹ ਜੱਗ ਦੀ ਪਰੰਪਰਾ ਹੈ ਵੀ ਜੱਗ ਵਿੱਚ ਜੋ ਕੋਈ ਮੰਗ ਲਵੇ ਉਹ ਦੇਣਾ ਹੀ ਪੈਂਦਾ, ਆਪਾਂ ਜੱਗ ਕਿੱਥੋਂ ਕਰ ਲੈਣੇ, ਆਪਣੇ ਕੋਲੋਂ ਤਾਂ ਲੰਗਰ ਲੱਗ ਜਾਏ ਇੰਨਾ ਹੀ ਬੜਾ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲੰਗਰ ਲਾਉਣ ਦੀ ਕਿਰਪਾ ਕਰ ਦਿੱਤੀ ਆਪਣੇ ਉੱਤੇ ਤਰਸ ਕਰਕੇ। 20 ਰੁਪਿਆਂ ਦਾ ਐਸਾ ਲੰਗਰ ਚਲਾਇਆ, ਦੁਨੀਆਂ ਵਿੱਚ ਅਤੁੱਟ ਲੰਗਰ ਅੱਜ ਚੱਲ ਰਿਹਾ ਸੱਚੇ ਪਾਤਸ਼ਾਹ ਦਾ। ਜੱਗ ਵੀ ਨਹੀਂ ਆਪਾਂ ਕਰ ਸਕਦੇ, ਤਪ ਆਪਾਂ ਕਿੱਥੋਂ ਕਰ ਲੈਣਾ, ਤਪ ਤਾਂ ਹੁੰਦਾ ਹੀ ਔਖਾ। ਤਪ ਮਨ ਮਾਰਿਆਂ ਤੋਂ ਬਿਨਾਂ ਨਹੀਂ ਹੁੰਦਾ, ਨਿਤਨੇਮ ਕਰਨ ਲੱਗਿਆਂ ਨਹੀਂ ਮਨ ਮਾਰਿਆ ਜਾਂਦਾ, ਸੇਵਾ ਕਰਨ ਲੱਗਿਆਂ ਮਨ ਨਹੀਂ ਮਾਰਿਆ ਜਾਂਦਾ। ਕਿਸੇ ਨੂੰ ਕਹਿ ਦਿਓ ਵੀ ਤੂੰ ਸਮੇਂ ਸਿਰ ਇੰਨਾ ਨਿਤਨੇਮ ਕਰ ਲਿਆ ਕਰ, ਭਜਨ ਕਰ ਲਿਆ ਕਰ, ਸੇਵਾ ਕਰ ਲਿਆ ਕਰ, ਕਹਿੰਦਾ ਸਾਰੀ ਦੁਨੀਆਂ ਦੇ ਕੰਮ ਕਰਾ ਲਓ, ਇਹ ਕੰਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆਖਣ ਔਖਾ ਸੱਚਾ ਨਾਮ, ਪਰਮੇਸ਼ੁਰ ਦਾ ਸੱਚਾ ਨਾਮ ਕਹਿਣਾ ਸਭ ਤੋਂ ਕਠਿਨ ਸਭ ਤੋਂ ਔਖਾ ਹੈ। ਨਾਮ ਦਾ ਉਚਾਰਨਾ, ਨਾਮ ਦਾ ਸਿਮਰਨ ਕਰਨਾ ਬਹੁਤ ਕਠਿਨ ਹੈ, ਹੋਰ ਸਭ ਕੁਝ ਕਰਨਾ ਸੌਖਾ ਹੈ। ਇਸ ਕਰਕੇ ਤਪ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਬਈ ਜੋਗ ਜਗ ਨਾ ਤਪ ਕਛਤਾਰੇ, ਸ਼ਕਤੀ ਤੋਂ ਬਹੀਣੇ ਹੈ ਜੋਗ ਤਪ ਔਰ ਜਗ, ਇਹ ਕੁਝ ਕਲਯੁਗ ਦੇ ਜੀਵ ਨਹੀਂ ਕਰ ਸਕਦੇ। ਵਿਚਾਰੇ ਅਸਮਰੱਥ ਹਨ, ਇਹਨਾਂ ਪਾਸ ਵਿਚਾਰਿਆਂ ਕੋਲ ਸਮਰੱਥਾ ਨਹੀਂ। ਇੱਕ ਬੰਦਾ ਸਾਧ ਸੰਗਤ ਦੀ ਚਾਰ ਮਣ ਦਾਣੇ ਨਹੀਂ ਦੇ ਸਕਦਾ, ਉਹਨੂੰ ਕੋਈ ਕਹੇ ਤੂੰ ਗੱਡਾ ਭਰ ਕੇ ਦੇ, ਉਹ ਤਾਂ ਫਿਰ ਉਹਦੇ ਨਾਲ ਜੋਰੀ ਮੰਗੇ ਦਾਨ ਵੇ ਲਾਲੋ ਵਾਲੀ ਗੱਲ ਹੈ ਨਾ, ਵੀ ਧੱਕੇ ਨਾਲ ਹੀ ਦਾਨ ਲਓ, ਇਹ ਵੀ ਪਾਪ ਹੈ ਨਾ। ਇਸ ਕਰਕੇ ਮਸਾਂ ਮਸਾਂ ਗੁਜ਼ਾਰੇ ਹੁੰਦੇ ਆ, ਮਿਹਨਤਾਂ ਕਰਦੇ ਆ ਜੀਵ। ਮਹਾਰਾਜ ਜੀ ਨੂੰ ਦਿਆਲਤਾ ਆਈ, ਤਰਸ ਆਇਆ, ਕੀ ਆ ਸਾਡੀ ਹਾਲਤ ਵੇਖ ਕੇ। ਵੱਡੇ ਮਨੁੱਖ ਮਾੜੇ ਦੀ ਹਾਲਤ 'ਤੇ ਤਰਸ ਕਰਦੇ, ਜਿਹੜੇ ਮਹਾਨ ਪੁਰਸ਼ ਹੁੰਦੇ ਆ ਵੀ ਇਹ ਵਿਚਾਰਾ ਇੰਨੇ ਜੋਗਾ ਹੈ ਨਹੀਂ, ਇਸ ਉੱਤੇ ਇੰਨਾ ਭਾਰ ਪਾਉਣਾ ਠੀਕ ਨਹੀਂ। ਇਸ ਕਰਕੇ ਮਹਾਰਾਜ ਜੀ ਦੇ ਮਨ ਵਿੱਚ ਹਿਰਦੇ ਵਿੱਚ ਦਿਆਲਤਾ ਆਈ, ਸਾਡੀ ਹਾਲਤ ਵੇਖ ਕੇ ਸਾਡੇ 'ਤੇ ਤਰਸ ਕੀਤਾ। ਯਾਂ ਤੇ ਗੁਰਸਿੱਖੀ ਕੀ ਰੀਤ, ਮਹਾਰਾਜ ਜੀ ਨੇ ਗੁਰਸਿੱਖੀ ਦੀ ਮਰਿਆਦਾ ਚਲਾਈ, ਫਿਰ ਗੁਰਸਿੱਖੀ ਦਾ ਮਾਰਗ ਮਾਤ ਲੋਕ ਤੇ ਸਾਨੂੰ ਬਖਸ਼ਿਆ। ਜਗ ਬਿਸਤਰੀ ਬਦਤ ਬਡ ਨੀਤ, ਗੁਰਸਿੱਖੀ ਕਿਹੜੀ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ। ਮਹਾਰਾਜ ਜੀ ਨੇ ਗੁਰਸਿੱਖੀ ਦੀ ਰੀਤ ਚਲਾਈ, ਇਹ ਇੰਨੀ ਚਲਾਈ ਕਿ ਸੰਸਾਰ ਵਿੱਚ ਅੱਜ ਨੇਤਾ ਪ੍ਰਤੀ ਵੱਧਦੀ ਤੁਰੀ ਜਾ ਰਹੀ ਹੈ, ਪ੍ਰਫੁੱਲਤ ਹੋ ਰਹੀ ਹੈ। ਐਸਾ ਗੁਰਸਿੱਖੀ ਦਾ ਮਾਰਗ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ ਹੈ। ਸਤਨਾਮ ਕੋ ਜਾਪ ਬਤਾਇਓ, ਮਹਾਰਾਜ ਕਿਹਾ ਭਾਈ ਤੁਸੀਂ ਤਪ ਨਹੀਂ ਕਰ ਸਕਦੇ ਪੁੱਠੇ ਲਮਕ ਕੇ, ਤੁਸੀਂ ਸੱਚੇ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ, ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ, ਹਲ ਵਾਹੁੰਦਿਆਂ ਕਰ ਲਿਆ ਕਰੋ, ਦੁਕਾਨ ਵਿੱਚ ਬੈਠੇ ਤੁਰੇ ਫਿਰਦੇ ਉੱਠਦੇ ਬੈਠਦੇ ਜਦੋਂ ਮਰਜ਼ੀ ਕਰ ਲਿਆ ਕਰੋ, ਕੋਈ ਬੰਦਿਸ਼ ਨਹੀਂ, ਕੋਈ ਮਹਾਰਾਜ ਜੀ ਨੇ ਖਾਸ ਪਾਬੰਦੀਆਂ ਨਹੀਂ ਲਾਈਆਂ, ਸਿੱਧਾ ਸਾਦਾ ਸਤਿਗੁਰੂ ਜੀ ਨੇ ਮਾਰਗ ਦਿੱਤਾ। ਗੁਰਸਿੱਖੋ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪ ਲਿਆ ਕਰੋ। ਦਾਨ ਇਸ਼ਨਾਨ ਭਾਉ ਚਿਤ ਲਾਇਓ, ਅੰਮ੍ਰਿਤ ਵੇਲੇ ਸੁੱਤੇ ਉੱਠ ਕੇ ਇਸ਼ਨਾਨ ਕਰ ਲਿਆ ਕਰੋ। ਦਸਵੰਧ ਦਾਨ ਵਿੱਚੋਂ ਥੋੜ੍ਹਾ ਬਹੁਤਾ ਜਿੰਨੀ ਕੁ ਕਿਰਤ ਹੋਵੇ, ਜਿੰਨੀ ਕੁ ਸਮਰੱਥਾ ਹੋਵੇ, ਉਹਨਾਂ ਕੁ ਵਿੱਚੋਂ ਦਾਨ ਕਰ ਲਿਆ ਕਰੋ। ਚਲੋ ਜੇ ਪੂਰਾ ਨਹੀਂ ਕਰ ਸਕਦੇ, ਜਿੰਨਾ ਕੁ ਜੀ ਕਰੇ ਉਨਾ ਕਰ ਲਿਆ ਕਰੋ।
ਜੇ 100 ਰੁਪਈਆ ਨਹੀਂ ਦੇ ਸਕਦੇ ਰੁਪਈਆ ਦੇ ਦਿਆ ਕਰੋ, ਰੁਪਈਆ ਨਹੀਂ ਦੇ ਸਕਦੇ 10 ਪੈਸੇ 10 ਪੈਸੇ 1 ਪੈਸਾ ਹੀ ਦੇ ਦਿਆ ਕਰੋ, ਦਿਆ ਕਰੋ, ਜ਼ਰੂਰ ਦੇ ਦਿਆ ਕਰੋ, ਰੱਖਿਆ ਨਾ ਕਰੋ। ਵੈਸੇ ਤਾਂ ਦਸਵੰਧ ਦੇਣ ਦਾ ਹੁਕਮ ਹੈ, ਪਰ ਮਹਾਰਾਜ ਕਹਿੰਦੇ ਭਾਈ ਦਾਨ ਜ਼ਰੂਰ ਆਪਣੀ ਕਿਰਤ ਵਿੱਚੋਂ ਦੇਣਾ ਹੈ। ਔਰ ਭਾਉ ਚਿੱਤ ਲਾਇਓ, ਮਨ ਵਿੱਚ ਗੁਰੂ ਦਾ ਪ੍ਰੇਮ, ਪਰਮੇਸ਼ਰ ਦਾ ਪ੍ਰੇਮ, ਚਿੱਤ ਵਿੱਚ ਪ੍ਰੇਮ ਲਾ ਕੇ, ਚਿੱਤ ਨੂੰ ਪ੍ਰੇਮ ਦੇ ਸੰਯੋਗਤ ਕਰਕੇ ਪ੍ਰੇਮ ਨਾਲ ਇਹ ਸਾਰਾ ਕੁਝ ਕਰਨਾ। ਵੱਧਾ ਚੱਟੀ ਨਹੀਂ ਭਰਨੀ ਕਿ ਹਾਂ ਹਾਂ ਸੰਗਤ ਵਿੱਚ ਬੈਠਣਾ ਪੈ ਗਿਆ, ਮਜਬੂਰੀ ਹੋ ਗਈ, ਨਿਤਨੇਮ ਕਰਨਾ, ਯਾਰ ਪੰਜਾਂ ਪਿਆਰਿਆਂ ਨੇ ਹੁਕਮ ਕਰਤਾ, ਸਰਦਾ ਨਹੀਂ ਪਰ ਮਨ ਨਹੀਂ ਕਰਦਾ, ਐ ਨਹੀਂ ਕਰਨਾ। ਦਾਨ ਦੇਣਾ ਹੁਕਮ ਹੈ, ਜੀ ਨਹੀਂ ਕਰਦਾ, ਹੋਰ ਕੰਮਾਂ 'ਤੇ ਬੜਾ ਖਰਚ ਕਰ ਲੈਂਦਾ ਬੰਦਾ। ਮਹਾਰਾਜ ਕਹਿੰਦੇ ਭਾਉ ਚਿੱਤ, ਚਿੱਤ ਦਾ ਪ੍ਰੇਮ ਲਾ ਕੇ ਕਰਿਆ ਕਰੋ, ਥੋੜ੍ਹਾ ਬਹੁਤਾ ਜਿੰਨਾ ਵੀ ਹੈ ਪ੍ਰੇਮ ਨਾਲ ਕਰੋ, ਸੇਵਾ ਵੀ ਕਰੋ, ਨਾਮ ਵੀ ਜਪੋ, ਦਾਨ ਵੀ ਦਿਓ, ਜੋ ਕਰਨਾ। ਮਹਾਰਾਜ ਕਹਿੰਦੇ ਚਿੱਤ ਵਿੱਚ ਪ੍ਰੇਮ ਪੈਦਾ ਕਰਕੇ ਭਾਵਨਾ ਨਾਲ ਪ੍ਰੇਮ ਨਾਲ ਕਰੋ। ਚਾਰੋਂ ਵੇਦਨ ਕੋ ਤਤ ਲੀਨ, ਚਾਰੋਂ ਵੇਦੋਂ, ਚਾਰੇ ਜਿਹੜੇ ਵੇਦ ਹੈ ਨਾ, ਚਾਰੇ ਵੇਦਾਂ ਦਾ ਜਿਹੜਾ ਨਿਚੋੜ ਹੈ ਉਹ ਸੱਚੇ ਪਾਤਸ਼ਾਹ ਜੀ ਨੇ ਦੇਸ਼ਨ ਭਾਖਾ ਮਹਿ ਕਹਿ ਦੀਨ। ਜਿਹੜੀ ਸਾਡੀ ਬੋਲੀ ਸੀ ਨਾ ਗੁਰਮੁਖੀ ਪੰਜਾਬੀ, ਸੰਸਕ੍ਰਿਤ ਸਾਨੂੰ ਪੜ੍ਹਨੀ ਤਾਂ ਕੀ ਆਉਣੀ ਸੀ, ਤਾਂ ਸੁਣ ਕੇ ਨਹੀਂ ਉਹਨੂੰ ਸਮਝ ਸਕਦੇ ਕਿ ਉਹ ਬੋਲਦੇ ਕੀ ਹੈ ਪੰਡਿਤ। ਸਾਨੂੰ ਤਾਂ ਇੱਦਾਂ ਹੀ ਲੱਗੂਗਾ ਨਾ ਜਿਵੇਂ ਸਾਧ ਸੰਗਤ ਜੀ ਖੋਲ ਵਿੱਚ ਪਾ ਕੇ ਕੋਈ ਰੋਡ ਵਜਾਉਂਦਾ, ਸੰਸਕ੍ਰਿਤ ਐਂ ਲੱਗਦੀ ਹੈ ਬੰਦੇ ਨੂੰ, ਸਮਝਣ ਕਿੱਥੋਂ ਆਉਣੀ ਹੈ। ਬ੍ਰਾਹਮਣ ਕਹਿੰਦੇ ਸੰਸਕ੍ਰਿਤ ਦੇ ਵਿੱਚ ਹੀ ਸਾਰਾ ਕੁਛ ਕਰਨਾ, ਮਹਾਰਾਜ ਨੇ ਕਿਹਾ ਇਹ ਨਹੀਂ ਇਹਨਾਂ ਨੂੰ ਸਮਝ ਆਉਣੀ। ਮਹਾਰਾਜ ਜੀ ਨੇ ਸਾਡੀ ਬੋਲੀ ਵਿੱਚ ਗੁਰਮੁਖੀ ਵਿੱਚ ਜਿਹੜੀ ਅਸੀਂ ਬੋਲ ਚਾਲਦੇ ਹਾਂ, ਸਾਡੀ ਆਪਣੀ ਭਾਸ਼ਾ ਹੈ, ਇਹਨੂੰ ਗੁਰਮੁਖੀ ਕਿਹਾ ਜਾਂਦਾ, ਇਹਦੇ ਵਿੱਚ ਐਨ ਸਿੱਧਾ ਸਾਦਾ ਸੌਖਾ ਸਮਝ ਆਉਣ ਵਾਲਾ ਗੁਰਬਾਣੀ ਰਚ ਕੇ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਦਿੱਤਾ। ਇੰਨੀ ਸਾਡੇ ਉੱਤੇ ਕਿਰਪਾ ਕੀਤੀ ਹੈ, ਜਿਹੜਾ ਵੇਦਾਂ ਦਾ ਨਿਚੋੜ ਹੈ, ਜਿਹੜਾ ਵੇਦਾਂ ਵਿੱਚ ਵੀ ਨਹੀਂ ਉਹ ਗੁਰੂ ਕੀ ਬਾਣੀ ਵਿੱਚ ਹੈ, ਵੇਦਾਂ ਦਾ ਨਿਚੋੜ ਗੁਰਬਾਣੀ ਵਿੱਚ ਕੱਢ ਕੇ ਰੱਖ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਸੰਸਕ੍ਰਿਤ ਮੈਂ ਦੁਰਲੱਭ ਜੋਏ, ਸੰਸਕ੍ਰਿਤ ਵਿੱਚ ਜੋ ਬੜਾ ਦੁਰਲੱਭ ਸੀ, ਲੱਭਣਾ ਹੀ ਬੜਾ ਔਖਾ, ਕਿੱਥੋਂ ਕੋਈ ਪੰਡਿਤਾਂ ਨੂੰ ਲੱਭੇ, ਕਿੱਥੇ ਉੱਥੇ ਜਾਵੇ ਟੱਕਰਾਂ ਮਾਰੇ, ਮਹਾਰਾਜ ਜੀ ਨੇ ਸਾਡੇ ਤੇ ਤਰਸ ਕਰ ਦਿੱਤਾ, ਘਰ ਘਰ ਵਿੱਚ ਬਾਣੀ ਭੇਜ ਦਿੱਤੀ। ਲੱਖੋਂ ਮੈਂ ਪ੍ਰਾਪਤ ਹੋਏ ਕੋਏ, ਕਿਉਂ ਉਹ ਜਿਹੜਾ ਉਪਦੇਸ਼ ਸੀ ਨਾ ਸੰਸਕ੍ਰਿਤ ਵਾਲਾ ਵੇਦਾਂ ਦਾ, ਉਹ ਤਾਂ ਲੱਖਾਂ ਵਿੱਚੋਂ ਕੋਈ ਇੱਕ ਹੀ ਪ੍ਰਾਪਤ ਕਰਦਾ ਸੀ, ਲੱਖਾਂ ਵਿੱਚੋਂ ਕੋਈ ਇੱਕ ਹੀ ਜਾ ਕੇ ਮਿਹਨਤ ਮੁਸ਼ਕਤ ਜਿਹਦੀ ਬੁੱਧੀ ਕੰਮ ਕਰੇ। ਪੰਡਿਤ ਗੁਲਾਬ ਸਿੰਘ ਜੀ ਗਏ ਆਪਣੇ ਪਿੰਡੋਂ ਪੰਜਾਬ ਵਿੱਚੋਂ, ਕਹਿੰਦੇ ਸੰਸਕ੍ਰਿਤ ਪੜ੍ਹਨੀ ਹੈ। ਪੰਡਿਤ ਕਹਿੰਦਾ ਤੂੰ ਜ਼ਿਮੀਂਦਾਰਾਂ ਦਾ ਲੜਕਾ, ਇਸ ਕਰਕੇ ਤੈਨੂੰ ਸੰਸਕ੍ਰਿਤ ਨਹੀਂ ਪੜ੍ਹਾਉਣੀ, ਬ੍ਰਾਹਮਣਾਂ ਨੂੰ ਪੜ੍ਹਾਉਣੀ ਹੈ, ਦੂਜੀ ਜਾਤੀ ਦਾ ਪੜ੍ਹ ਹੀ ਨਹੀਂ ਸਕਦਾ। ਕਹਿੰਦੇ ਜੀ ਕੋਈ ਸੇਵਾ ਦੱਸ ਦਿਓ। ਕਹਿੰਦੇ ਹਾਂ ਮੇਰੇ ਘਰੇ ਬੱਚਾ ਪੈਦਾ ਹੋਇਆ ਥੋੜ੍ਹੇ ਦਿਨਾਂ ਦਾ, ਇਹ ਸੇਵਾ ਕਰਿਆ ਕਰ, ਤੁਹਾਡਾ ਅਧਿਕਾਰ ਸੇਵਾ ਕਰਨੀ ਹੈ। ਕਹਿੰਦਾ ਬ੍ਰਾਹਮਣ ਦੇ ਘਰ ਵਿੱਚ ਸਤਿ ਬਚਨ ਕਹਿ ਕੇ ਲੱਗ ਗਏ, ਸੇਵਾ ਕਰਨ ਲੱਗ ਪਏ। ਘਰ ਦਾ
ਉਹ ਪਣਤਾਣੀ ਬਾਹਮਣੀ ਸਾਰੇ ਕੰਮ ਕਰਾਇਆ ਕਰੇ, ਜੂਠੇ ਬਰਤਨ ਵੀ ਮੰਜਾਇਆ ਕਰੇ, ਵਸਤਰ ਵੀ ਧੁਆਇਆ ਕਰੇ, ਰੋਟੀਆਂ ਵੀ ਪਕਵਾਇਆ ਕਰੇ, ਬੱਚੇ ਨੂੰ ਵੀ ਖੜਾਇਆ ਕਰਨ। ਪੰਡਿਤ ਜੀ ਨਿਮਰਤਾ ਧਾਰ ਕੇ ਸੰਤ ਗੁਲਾਬ ਸਿੰਘ ਜੀ ਲੱਗੇ ਰਹੇ, ਬੜੀ ਸੇਵਾ ਕੀਤੀ। ਇੱਕ ਦਿਨ ਪੰਡਿਤ ਨੂੰ ਕਹਿਣ ਲੱਗੇ, ਪੰਡਿਤ ਜੀ ਮੈਨੂੰ ਵਿੱਦਿਆ ਪੜ੍ਹਾ ਦਿਉ ਥੋੜ੍ਹੀ ਬਹੁਤੀ। ਕਹਿੰਦੇ ਨਹੀਂ, ਤੈਨੂੰ ਨਹੀਂ ਪੜ੍ਹਾਉਣੀ। ਕਹਿੰਦੇ ਚੰਗਾ, ਜੇ ਨਹੀਂ ਪੜ੍ਹਾਉਣੀ ਤਾਂ ਫਿਰ ਮੈਂ ਇੱਥੇ ਰਹਿ ਕੇ ਇੰਨੇ ਸਾਲ ਐਵੇਂ ਗੁਆਏ, ਮੈਂ ਜਾਣਾ ਆਪਣੇ ਘਰ ਨੂੰ ਕੀ ਲੈਣਾ। ਕਹਿੰਦਾ ਤੇਰੀ ਮਰਜ਼ੀ। ਪੰਡਿਤ ਗੁਲਾਬ ਸਿੰਘ ਜੀ ਖਾਂਸੀ 'ਚੋਂ ਤੁਰ ਪਏ। ਹੁਣ ਬੱਚੇ ਨੂੰ ਖੜਾ ਖੜਾ ਕੇ, ਉਹ ਬੜੇ ਨੀਤੀ ਬੇਤਾ ਸੀ, ਬੱਚੇ ਨਾਲ ਇੰਨਾ ਪਿਆਰ ਪੈਦਾ ਕਰ ਲਿਆ। ਪੰਡਿਤ ਜੀ ਦੀ ਘਰ 'ਚੋਂ ਜਾਣ ਦੀ ਦੇਰ ਸੀ, ਬੱਚਾ ਤਾਂ ਰੌਲਾ ਪਾਉਣ ਲੱਗ ਗਿਆ, ਉੱਚੀ ਉੱਚੀ ਰੋਣ ਲੱਗ ਗਿਆ, ਗਾਬਾ ਗਾਬਾ ਕਰੇ। ਗੁਲਾਬ ਸਿੰਘ ਨਾਂ ਸੀ, ਬੱਚੇ ਨੂੰ ਬੁਖਾਰ ਚੜ੍ਹ ਗਿਆ, ਮਰਨ ਕਿਨਾਰੇ ਹੋ ਗਿਆ। ਮਮਤਾ ਹੈ ਨਾ, ਮੋਹ ਪਿਆਰ ਹੈ, ਬੱਚੇ ਪਿਆਰ ਦੇ ਭੁੱਖੇ ਹੁੰਦੇ ਆ। ਪੰਡਿਤ ਆਇਆ ਘਰੇ, ਪੰਡਤਾਣੀ ਕਹਿੰਦੀ, ਪੰਡਤਾ ਤੇਰੀ ਵਿੱਦਿਆ ਨੂੰ ਮੈਂ ਚੁੱਲ੍ਹੇ 'ਚ ਪਾਉਣਾ, ਜੇ ਮੁੰਡਾ ਹੀ ਨਾ ਰਿਹਾ, ਮਰ ਗਿਆ ਏ ਹੋਕੇ ਨਾਲ ਹੀ, ਇਸ ਕਰਕੇ ਤੂੰ ਪੜ੍ਹਾ ਦੇ। ਪੰਡਿਤ ਜੀ ਨੂੰ ਲੱਭਦਾ ਫਿਰੇ ਪੰਡਿਤ ਵੀ ਕਿੱਥੇ ਹੈ, ਕਦੇ ਕਿਸੇ ਧਰਮਸ਼ਾਲਾ 'ਚ, ਕਦੇ ਕਿਸੇ 'ਚ। ਆਖਿਰਕਾਰ ਪੰਡਿਤ ਜੀ ਲੱਭ ਗਏ। ਕਹਿੰਦਾ ਭਰਾਵਾ, ਵਿੱਦਿਆ ਪੜ੍ਹਾਊਂਗਾ ਤੂੰ, ਚੱਲ ਇੱਕ ਵਾਰੀ, ਮੇਰਾ ਬੱਚਾ ਮਰ ਜਾਣਾ, ਉਹ ਬਚ ਜਾਏ ਜੇ ਤੂੰ ਚੱਲੇਗਾ। ਇੰਨੇ ਹਟਕੋਰੇ ਲੈ ਰਿਹਾ, ਰੋਣੋਂ ਨਹੀਂ ਹਟਦਾ। ਸੰਤ ਕਹਿੰਦੇ ਠੀਕ ਹੈ। ਕਹਿੰਦਾ ਪਰ ਸ਼ਰਤ ਇਹ ਹੈ, ਇੱਕੋ ਵਾਰੀ ਤੈਨੂੰ ਪੜ੍ਹਾਊਂਗਾ, ਦੂਜੀ ਵਾਰੀ ਪੁੱਛਿਆਂ ਤੋਂ ਨਹੀਂ ਦੱਸਿਆ ਕਰੂੰਗਾ, ਇੱਕੋ ਵਾਰੀ ਸਬਕ ਪੜ੍ਹਾਊਂਗਾ, ਦੂਜੀ ਵਾਰੀ ਨਹੀਂ ਤੈਨੂੰ ਦੱਸਣਾ। ਬੁੱਧੀ ਬੜੀ ਤੀਖਣ ਸੀ, ਕਹਿੰਦੇ ਇੱਕੋ ਵਾਰੀ ਬੜਾ। ਸਤਿਸੰਗ ਜੀ, ਪੰਡਿਤ ਜੀ ਨੇ ਪੜ੍ਹੀ ਵਿੱਦਿਆ, ਦੇਖੋ ਮੈਂ ਤੁਹਾਨੂੰ ਸਿੱਖਾਂ ਦੀ ਮਿਹਨਤ ਮੁਸ਼ੱਕਤ ਦੀ ਵਿਚਾਰ ਦੱਸ ਰਿਹਾ। ਵਿੱਦਿਆ ਇੰਨੀ ਪੜ੍ਹੀ, ਇੰਨੀ ਪੜ੍ਹੀ, ਸਾਰਾ ਕੁਝ ਜ਼ਬਾਨੀ ਯਾਦ ਕਰਕੇ ਗ੍ਰੰਥ ਲਿਖੇ ਉਹਨਾਂ ਨੇ, ਵੇਦਾਂ ਤੋਂ ਲੈ ਕੇ ਸ਼ਾਸਤਰਾਂ ਤੱਕ ਸਾਰੇ ਗ੍ਰੰਥ ਉਹਨਾਂ ਨੇ ਲਿਖੇ। ਭਾਵਰ ਸਿਮਰਤ, ਪ੍ਰਬੋਧ ਚੰਦਰ ਨਾਟਕ, ਇਹ ਸਾਰੇ ਗ੍ਰੰਥ ਉਹਨਾਂ ਮਹਾਂਪੁਰਖਾਂ ਦੇ। ਐਨ ਪੜ੍ਹ ਕੇ ਕਾਹਦੇ ਲਈ ਪੜ੍ਹੇ? ਸਾਡੇ ਲਈ, ਵੀ ਮੈਂ ਸੰਸਕ੍ਰਿਤ ਪੜ੍ਹ ਕੇ, ਵਿੱਦਿਆ ਪੜ੍ਹ ਕੇ ਪੰਜਾਬ ਵਿੱਚ ਆਪਣੇ ਸਿੱਖ ਭਰਾਵਾਂ ਨੂੰ, ਸਿੱਖ ਬੱਚਿਆਂ ਨੂੰ ਜਾ ਕੇ ਵਿੱਦਿਆ ਪੜ੍ਹਾਉਂਗਾ। ਉਹ ਗ੍ਰੰਥਾਂ ਦਾ ਗੱਡਾ ਲੈ ਕੇ ਸਾਧ ਸੰਗਤ ਜੀ ਕਾਸ਼ੀ ਤੋਂ ਫਿਰ ਕੁਰਸ਼ੇਤਰ ਆ ਗਏ, ਆਪਣੇ ਗੁਰਦੇਵ ਪੰਡਿਤ ਮਾਨ ਸਿੰਘ ਜੀ ਦੇ ਪਾਸ। ਪੰਡਿਤਾਂ ਵਿੱਚ ਈਰਖਾ ਪੈਦਾ ਹੋ ਗਈ ਕਿ ਪੰਡਿਤ ਗੁਲਾਬ ਸਿੰਘ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਲੱਗ ਗਿਆ, ਵੱਡੇ ਵਿਦਵਾਨ ਬਣਾਉਣ ਲੱਗ ਪਿਆ। ਤਾਂ ਉਸ ਸਮੇਂ ਫਿਰ ਪੰਡਿਤਾਂ ਨੇ ਸਲਾਹ ਕੀਤੀ ਕਿ ਗੁਲਾਬ ਸਿੰਘ ਦੇ ਗ੍ਰੰਥ ਲਿਆਓ, ਕਿਵੇਂ ਨਾ ਕਿਵੇਂ ਚੁੱਕੇ। ਇੰਨੀ ਈਰਖਾ ਇਹਨਾਂ ਲੋਕਾਂ ਦੇ ਮਨ ਵਿੱਚ ਸੀ। ਤੋ ਸਾਧ ਸੰਗਤ ਜੀ, ਉਹ ਪੰਡਿਤ ਚੱਲਦੇ ਚੱਲਦੇ ਕੁਰਸ਼ੇਤਰ ਪਤਾ ਲੱਗਾ, ਨਿਗਾਹ ਰੱਖੀ ਵੀ ਜਦੋਂ ਗੁਲਾਬ ਸਿੰਘ ਨਾ ਡੇਰੇ 'ਚ ਹੋਵੇ ਸੰਤਾਂ ਦੇ ਕੋਲੇ, ਉਦੋਂ ਜਾਣਾ ਉਹਨਾਂ ਦੇ ਗੁਰੂ ਦੇ ਪਾਸ, ਵਿੱਦਿਆ ਗੁਰੂ ਦੇ ਪਾਸ। ਵਿੱਦਿਆ ਉਸਤਾਦ ਕਹਿ ਲਓ ਆਪਾਂ, ਗੁਰੂ ਤਾਂ 10 ਗੁਰੂ ਸਹਿਬਾਨ ਹੀ ਹਨ, ਉਹਨਾਂ ਦੀ ਬੋਲੀ ਵਿੱਚ ਵਿੱਦਿਆ ਗੁਰੂ ਕਿਹਾ ਜਾਂਦਾ ਹੈ। ਸੋ ਰਹੁ ਵਿਚਾਰ, ਜਦੋਂ ਪੰਡਿਤ ਜੀ ਬਾਹਰ ਚਲੇ ਗਏ ਕਿਸੇ ਕੰਮ, ਇਹ ਪੰਡਿਤ ਇਕੱਠੇ ਹੋ ਕੇ ਗਏ। ਉਹ ਵਿਚਾਰੇ ਬੜੇ ਨਿਰਮਲ ਸਾਧੂ ਜੀਵਨ ਵਾਲੇ ਸਨ, ਉਹ ਕਹਿੰਦੇ ਆਓ ਪ੍ਰੋਤੋ, ਸਾਡੇ ਪੂਜਨੀਕੋ, ਕਾਂਸ਼ੀ ਵਿੱਚੋਂ ਆਏ ਹੋ, ਸੇਵਾ ਦੱਸੋ।
ਕਹਿੰਦੇ ਬਚਨ ਦੇ ਵੀ ਜੋ ਅਸੀਂ ਸੇਵਾ ਕਵਾਂਗੇ ਤੂੰ ਕਰੇਗਾ, ਤੂੰ ਗੁਰੂ ਦਾ ਸਿੱਖ ਹੈ। ਕਹਿਣ ਲੱਗੇ ਹਾਂ ਤੁਹਾਨੂੰ ਮੈਂ ਬਚਨ ਦਿੰਦਾ, ਮੇਰੇ ਘਰ ਵਿੱਚ ਐਡੇ ਮੇਰੇ ਅਸਥਾਨ 'ਤੇ ਵਿਦਵਾਨ ਪੰਡਿਤ ਆਏ ਚਰਨ ਪਾਏ ਦੇ, ਮੈਂ ਉਹਨਾਂ ਦੀ ਸੇਵਾ ਨਹੀਂ ਕਰੂੰਗਾ, ਬਚਨ ਨਹੀਂ ਮੰਨੂੰਗਾ, ਮੈਨੂੰ ਪਾਪ ਲੱਗੇਗਾ। ਕਹਿੰਦੇ ਜੋ ਕਹੋਗੇ ਕਰੂੰਗਾ, ਬਚਨ ਲੈ ਲਿਆ। ਕਹਿੰਦੇ ਚੰਗਾ, ਜਿੰਨੇ ਗੁਲਾਬ ਸਿੰਘ ਦੇ ਗ੍ਰੰਥ ਹੈ ਗੱਡਾ ਭਰਿਆ ਸਾਰੇ ਸਾਨੂੰ ਦੇ ਦੇ। ਇੰਨੀ ਈਰਖਾ ਇਹਨਾਂ ਦੇ ਮਨ ਵਿੱਚ। ਸੰਤਾਂ ਨੇ ਸਾਰੇ ਗੱਡਾ ਸਾਧ ਸਿੰਘ ਜੀ ਗ੍ਰੰਥਾਂ ਦਾ ਜਿਹੜੇ ਕਮਰੇ ਭਰੇ ਸੀ ਸਾਰੇ ਖੋਲ੍ਹ ਦਿੱਤੇ, ਲੱਦ ਕੇ ਲੈ ਗਏ ਕਾਂਸ਼ੀ ਲਿਜਾ ਕੇ ਸਾਰੇ ਗ੍ਰੰਥ ਸਾੜਤੇ। ਇੰਨੀ ਈਰਖਾ ਇਹਨਾਂ ਲੋਕਾਂ ਦੇ ਮਨ ਵਿੱਚ। ਸਿੱਖਾਂ ਨੂੰ ਸੰਸਕ੍ਰਿਤ ਕਿੱਥੋਂ ਪੜ੍ਹ ਲੈਣੀ ਸੀ ਸੰਗਤ ਜੀ, ਲੱਖਾਂ ਵਿੱਚੋਂ। ਤਾਂ ਇਹ ਵਿਚਾਰ ਸੁਣਾਈ ਹੈ ਵੀ ਲੱਖਾਂ 'ਚੋਂ ਕੋਈ ਇੱਕ ਅੱਧਾ ਹੀ ਹੁੰਦਾ ਸੀ। ਕਾਲਮਾਂ ਦੇ ਸੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਕਾਂਸ਼ੀ ਵਿੱਚ ਜਾ ਕੇ ਪੜ੍ਹੇ ਉਹ। ਸੋ ਇਉਂ ਕੋਈ ਲੱਖਾਂ ਵਿੱਚੋਂ ਇੱਕ ਸੀ ਜਿਹਨੂੰ ਕੋਈ ਇਹ ਗੋਹ ਜਾਂ ਔਖਾ ਗਿਆਨ ਵੇਦਾਂ ਦੀ ਵਿੱਦਿਆ ਦਾ ਪ੍ਰਾਪਤ ਹੁੰਦਾ। ਸੋ ਤਤ ਗੁਰ ਸਿੱਖਨ ਮਹਿ ਐਸੇ। ਉਹ ਮਹਾਰਾਜ ਜੀ ਨੇ ਸਾਰਾ ਸਿਧਾਂਤ ਗੁਰਸਿੱਖਾਂ ਵਿੱਚ ਗੁਰਬਾਣੀ ਦੁਆਰਾ ਖੋਲ੍ਹ ਕੇ ਸੌਖਾ ਰੱਖ ਦਿੱਤਾ। ਧਰਿਓ ਬਦਰ ਕਿਨ ਕਰ ਪਰ ਜੈਸੇ। ਜਿਵੇਂ ਕਿਸੇ ਨੇ ਲਿਆ ਕੇ ਤੁਹਾਡੇ ਹੱਥ 'ਤੇ ਪੱਕਿਆ ਬੇਰ ਰੱਖ ਦਿੱਤਾ ਹੋਵੇ ਨਾ। ਬੇਰ ਤੋੜਨਾ ਕਿਤੇ ਸੌਖਾ? ਨਿਆਣਿਆਂ ਨੂੰ ਪੁੱਛ ਕੇ ਦੇਖੋ, ਵਿਚਾਰੇ ਕੰਡਿਆਂ ਨਾਲ ਉਹਨਾਂ ਦਾ ਸਰੀਰ ਛਿੱਲਿਆ ਜਾਂਦਾ ਜਦੋਂ ਬੇਰ ਪੱਕਦੇ ਆ। ਹੁਣ ਤਾਂ ਬੇਰੀਆਂ ਬੂਰੀਆਂ ਰਹੀਆਂ ਹੀ ਨੇ, ਝਾੜੀਆਂ ਵੀ ਨਹੀਂ ਰਹੀਆਂ। ਅੱਗੇ ਬੱਚਿਆਂ ਨੇ ਵਿਚਾਰਿਆਂ ਨੇ ਬੇਰੀਆਂ ਲੱਭ ਲੁੱਭ ਕੇ ਜਾਣਾ, ਕੰਡੇ ਖਾ ਲੈਣੇ ਹੱਥਾਂ ਪੈਰਾਂ ਵਿੱਚ, ਮਾਵਾਂ ਨੇ ਸੂਈ ਲੈ ਕੇ ਕੱਢਣੀਆਂ ਵਿਚਾਰੀਆਂ ਨੇ। ਸੋ ਕਹਿੰਦੇ ਵੀ ਇਹ ਤਾਂ ਗੁਰੂ ਸਾਹਿਬ ਨੇ ਇੰਨਾ ਸੌਖਾ ਖਜ਼ਾਨਾ ਰੱਖ ਦਿੱਤਾ ਤੁਹਾਡੇ ਹੱਥ ਉੱਤੇ, ਜਿਵੇਂ ਕਿਸੇ ਨੇ ਲਿਆ ਕੇ ਪੱਕਾ ਬੇਰ ਰੱਖਿਆ ਹੋਵੇ। ਸਿਮਰਤ ਨਾਮ ਭਗਤ ਕੋ ਕਰਤੇ। ਇਸ ਕਰਕੇ ਸਾਧ ਸੰਗਤ ਜੀ, ਕੰਡੇ ਖਾਣ ਦੀ, ਤਰਕਾਂ ਸਹਾਰਨ ਦੀ, ਕਸ਼ਟ ਝੱਲਣ ਦੀ ਲੋੜ ਹੀ ਨਹੀਂ ਰਹਿਣ ਦਿੱਤੀ। ਐਨ ਸੌਖਾ ਹੀ ਮਹਾਰਾਜ ਜੀ ਨੇ ਇਹ ਮਹਾਨ ਖਜ਼ਾਨਾ ਤੁਹਾਡੇ ਹੱਥ ਵਿੱਚ ਲਿਆ ਕੇ ਰੱਖ ਦਿੱਤਾ। ਧੰਨ ਕਹੋ ਗੁਰ ਅਰਜਨ ਕੋ, ਜੇ ਨਾਮ ਕੋ ਖੋਲ ਦਿਖਾਇਓ ਖਜ਼ਾਨਾ। ਰਾਗ ਹੀ ਰਾਗਨ ਮੈਂ ਸ਼ਬਦ ਬਣਾਏ ਕਹਿ, ਗ੍ਰੰਥ ਕੀ ਉਹ ਹੈ ਸੁਮੇਰ ਸਮਾਨਾ। ਦੇਖ ਸੁਮੇਰ ਤੇ ਹੇਮ ਨਾ ਲੇਵ, ਧਾਵਤ ਪਾਥਰ ਕਹੋ ਗਿਆਨਾ। ਰੇ ਮਨ ਮੂੜ ਨਾ ਸੂਝਤ, ਤੋਹੇ ਕਹੋ ਪੀ ਕਹਿ ਬਾਰਨੀ ਭਇਆ ਮਸਤਾਨਾ। ਧੰਨ ਗੁਰੂ ਅਰਜਨ ਦੇਵ ਜੀ ਨੇ ਐਸਾ ਨਾਮ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਸਾਨੂੰ ਖੋਲ੍ਹ ਕੇ ਬਖਸ਼ ਦਿੱਤਾ। ਇਸ ਕਰਕੇ ਤਾਂ ਮਹਾਰਾਜ ਕਹਿੰਦੇ ਹੈ ਕਿ ਭਾਈ ਨਾਮ ਔਰ ਭਗਤੀ ਅਤੇ ਸਿਮਰਨ ਇਹ ਅਮੋਲਕ ਖਜ਼ਾਨਾ। ਜਿਵੇਂ ਬੇਰ ਕੋਈ ਲਿਆ ਕੇ ਤੁਹਾਡੇ ਹੱਥ 'ਤੇ ਰੱਖ ਦੇਵੇ ਅਤੇ ਜੇ ਫਿਰ ਉਹ ਬੰਦਾ ਪੱਕਿਆ ਬੇਰ ਨਾ ਖਾਵੇ, ਉਹਦੇ ਨਾਲੋਂ ਭਾਗਾਂ ਤੋਂ ਹੀਣਾ ਹੋਰ ਕੌਣ ਹੋਏਗਾ? ਕੰਡੇ ਵੀ ਨਹੀਂ ਖਾਧੇ, ਦੁੱਖ ਵੀ ਨਹੀਂ ਝੱਲਿਆ, ਆਪਣੇ ਆਪ ਹੀ ਬੇਰ ਆ ਗਿਆ, ਤਾਂ ਫਿਰ ਨਾ ਖਾਵੇ ਫਿਰ ਤਾਂ ਮੰਦੇ ਕਰਮਾਂ ਵਾਲਾ ਨਾ, ਮਾੜੇ ਭਾਗ ਹੀ ਆ ਨਾ ਉਹਦੇ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ, ਇਸ ਕਰਕੇ ਭਾਈ ਮਾਨੋ ਇਹ ਜਿਹੜਾ ਨਾਮ ਭਗਤੀ ਦੇ ਸਹਿਤ ਸਿਮਰਨ ਬਖਸ਼ਿਆ, ਇਹ ਬੜਾ ਸੁਖੈਨ ਮਾਰਗ, ਸੁਖੈਨ ਦਾਤ, ਸਾਰੇ ਸੁੱਖਾਂ ਦੀ ਦਾਤ, ਪੱਕੇ ਬੇਰ ਦੀ ਨਿਆਈ ਮਹਾਰਾਜ ਜੀ ਨੇ ਗੁਰਸਿੱਖਾਂ ਦੇ ਹੱਥ ਵਿੱਚ ਲਿਆ ਕੇ ਰੱਖ ਦਿੱਤੀ ਹੈ। ਸਨੈ ਸਨੈ ਬ੍ਰਹਮ ਰੂਪ ਵਿਚਰਤੇ। ਔਰ ਸਨੈ ਸਨੈ ਹੌਲੀ ਹੌਲੀ ਸਿੱਖ ਭਗਤੀ ਸਹਿਤ ਗਿਆਨ ਦੇ
ਜਦੋਂ ਅਭਿਆਸ ਪੱਕ ਜਾਂਦਾ ਫਿਰ ਬ੍ਰਹਮ ਸਰੂਪ ਦੀ ਵਿਚਾਰ ਵਿੱਚ ਸਿੱਖ ਲੀਨ ਹੋ ਜਾਂਦਾ ਹੈ। ਔਰ ਮੈਂ ਵਿਦਤ ਸੋ ਤਤ ਹੋਏ ਆਵਤ, ਔਰ ਹਿਰਦੇ ਵਿੱਚ ਫਿਰ ਬ੍ਰਹਮ ਗਿਆਨ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ, ਗੱਲਾਂ ਨਾਲ ਨਹੀਂ। ਵੇਦਾਂਤ ਪੜ੍ਹ ਕੇ ਕਹਿੰਦਾ ਮੈਂ ਗਿਆਨ ਪ੍ਰਾਪਤ ਕਰ ਲਿਆ, ਮੈਂ ਬ੍ਰਹਮ ਗਿਆਨੀ ਬਣ ਗਿਆ, ਇਹ ਔਖਾ ਹੈ। ਜਿਹੜਾ ਸਿਮਰਨ ਭਗਤੀ ਦੇ ਸਹਿਤ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੋਣਾ, ਇਹ ਗੁਰੂ ਦੀ ਕਿਰਪਾ ਔਰ ਕਮਾਈ ਦੇ ਜ਼ਰੀਏ ਹੈ। ਇਹਦਾ ਆਨੰਦ, ਇਹਦਾ ਰਸ, ਇਹਦੀ ਬਖਸ਼ਿਸ਼, ਇਹਦੀ ਕਿਰਪਾ ਨਿਰਾਲੀ ਹੈ। ਇਹ ਉਹਨਾਂ ਸਿੱਖਾਂ ਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ, ਉਹਨਾਂ ਨੇ ਬੰਦ ਬੰਦ ਕਟਾਏ, ਖੋਪਰੇ ਸੀਸ ਤੋਂ ਲੁਹਾਏ, ਚਰਖਣੀਆਂ 'ਤੇ ਚੜ੍ਹ ਗਏ, ਉਹਨਾਂ ਦੇ ਗਿਆਨ ਵਿੱਚ ਕੋਈ ਕਮੀ ਨਹੀਂ ਆਈ, ਅਵਸਥਾ ਵਿੱਚ ਕੋਈ ਢਲਿਆਈ ਨਹੀਂ ਆਈ। ਗੱਲਾਂ ਕਰਨ ਵਾਲੇ, ਗੱਲਾਂ ਵਾਲੇ ਬ੍ਰਹਮ ਗਿਆਨੀ ਚਾਰ ਗ੍ਰੰਥ ਪੜ੍ਹ ਕੇ ਵੇਦਾਂਤੀ ਬਣ ਕੇ ਆਪਣੇ ਆਪ ਨੂੰ ਗਿਆਨਵਾਨ ਮੰਨਣ ਲੱਗ ਪਿਆ। ਇਹ ਤਾਂ ਸਾਧ ਸੰਗਤ ਜੀ ਕੱਚੀ ਅਵਸਥਾ ਦੀ ਗੱਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਭਗਤੀ ਕਰਦਿਆਂ, ਸਿਮਰਨ ਕਰਦਿਆਂ, ਉਹ ਬ੍ਰਹਮ ਸਰੂਪ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਹੈ ਉਹ ਗੁਰਮੁਖਾਂ ਦੇ ਹਿਰਦੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਜਿਵੇਂ ਧਰਤੀ ਵਿੱਚੋਂ ਚਸ਼ਮਾ ਫੁੱਟਦਾ ਨਾ ਜਲ ਦਾ, ਐਂ ਹੁੰਦਾ ਗੁਰਮੁਖਾਂ ਦੇ ਮਹਾਂਪੁਰਖਾਂ ਦੇ ਹਿਰਦੇ ਵਿੱਚ। ਜਿਸ ਕੇ ਲਗੇ ਨਾ ਪੁੰਨ ਦੁੱਖ ਪਾਵਤ, ਜਿਸ ਨੇ ਉਸ ਰੂਪ ਦੇ ਗਿਆਨ ਨੂੰ ਪ੍ਰਾਪਤ ਕਰ ਲਿਆ, ਲੱਖ ਨਾਮ ਹੁੰਦਾ ਜਾਣਨ ਦਾ, ਐਸੇ ਬ੍ਰਹਮ ਸਰੂਪ ਨੂੰ ਜਾਣ ਲਿਆ, ਉਸ ਨੂੰ ਮੁੜ ਕੇ ਕੋਈ ਦੁੱਖ ਨਹੀਂ ਹੈ, ਨਾ ਜੰਮਣ ਦਾ, ਨਾ ਮਰਨ ਦਾ, ਨਾ ਹਰਖ ਦਾ, ਨਾ ਸੋਗ ਦਾ, ਨਾ ਖੁਸ਼ੀ ਗਮੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇਹਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨਾ, ਐਸੀ ਜੀਵਨ ਮੁਕਤ ਦੀ ਅਵਸਥਾ ਹੁੰਦੀ ਹੈ। ਵੇਦ ਸਾਰ ਕੀ ਭਾਖਾ ਕੀਨ, ਸਾਰੇ ਵੇਦਾਂ ਦਾ ਨਿਚੋੜ ਆਪਣੀ ਭਾਸ਼ਾ, ਆਪਣੀ ਬੋਲੀ ਵਿੱਚ, ਗੁਰਮੁਖੀ ਵਿੱਚ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਦੁਆਰਾ ਕਰਕੇ ਦੇ ਦਿੱਤਾ ਹੈ। ਗੁਰੂ ਕਿਰਪਾਲ ਕਿਰਪਾ ਰਸ ਭੀਨ, ਕਿਰਪਾਲੂ ਗੁਰੂ ਜੀ ਨੇ ਕਿਰਪਾ ਦੇ ਰਸ ਵਿੱਚ ਭਿੱਜ ਕੇ ਗੁਰੂ ਨਾਨਕ ਸਾਹਿਬ ਨੇ ਇਹ ਅਮੋਲ ਖਜ਼ਾਨਾ ਆਪਣੇ ਸਿੱਖਾਂ ਨੂੰ, ਸੰਗਤਾਂ ਨੂੰ, ਭਾਈ ਇਕੱਲਾ ਸਿੱਖਾਂ ਨੂੰ, ਸਾਰੀ ਮਾਨਵਤਾ ਨੂੰ ਦੇ ਦਿੱਤਾ। ਜਿਹੜਾ ਮਰਜ਼ੀ ਆ ਕੇ ਕੋਈ ਗੁਰੂ ਘਰ ਵਿੱਚੋਂ ਇਹ ਦਾਤ ਲੈ ਲਵੇ। ਤੁਮ ਪੀ ਕਰੋ ਵਿਚਾਰਨ ਬਾਨੀ, ਇਹ ਗੁਰਸਿੱਖੋ ਤੁਸੀਂ ਵੀ ਗੁਰਬਾਣੀ ਦੀ ਵਿਚਾਰ ਕਰੋ ਆਪਣੇ ਹਿਰਦੇ ਵਿੱਚ ਬਾਰ ਬਾਰ। ਰਿਦਾ ਟਿਕਾਵੋ ਦੁਬਦਾ ਹਾਨੀ, ਆਪਣੇ ਹਿਰਦੇ ਨੂੰ ਨਾਮ ਵਿੱਚ, ਬਾਣੀ ਵਿੱਚ ਜੋੜ ਲਓ, ਟਿਕਾ ਲਓ, ਤੁਹਾਡੀ ਦੁਬਧਾ ਵੀ ਦੂਰ ਹੋ ਜਾਏਗੀ, ਨਾਸ ਹੋ ਜਾਏਗੀ। ਸਿਦਕ ਧਰੋ ਸਿੱਖੀ ਨਿਰਬਾਹੋ, ਔਰ ਸਿਦਕ ਧਾਰਨ ਕਰਕੇ ਸਿੱਖੀ ਨਿਭਾਉਣੀ। ਸਿਦਕ ਕੀ ਹੈ? ਸਿੱਖੀ ਤੋਂ ਡੋਲਣਾ ਨਹੀਂ, ਸਿੱਖੀ ਦੀ ਰਹਿਤ ਨਹੀਂ। ਸਿਦਕ ਦਾ ਮਤਲਬ ਹੁੰਦਾ ਪਰਪੱਕਤਾ, ਐਨ ਪਰਪੱਕਤਾ ਰੱਖਣੀ, ਕਦੇ ਢਲਿਆਈ ਨਾ ਆਉਣ ਦੇਣੀ। ਇਉਂ ਮਹਾਰਾਜ ਕਹਿੰਦੇ ਸਿੱਖੀ ਵਿੱਚ ਪਰਪੱਕਤਾ ਰੱਖਣੀ ਹੈ, ਨਿਭਾਉਣੀ ਹੈ। ਨਹਿ ਦੁੱਖ ਤੇ ਜੰਮ ਕੇ ਸੰਗ ਜਾਹੋ, ਫੇਰ ਭਾਈ ਉਹ ਗੁਰਮੁਖ ਜਿਹੜਾ ਸਿੱਖੀ ਵੀ ਨਿਭਾਉਂਦਾ ਨਾ, ਉਹ ਵੀ ਜਮਾਂ ਦੇ ਨੇੜੇ ਨਹੀਂ ਜਾਂਦਾ, ਜਮ ਵੀ ਉਹਨੂੰ ਦੁਖੀ ਨਹੀਂ ਕਰ ਸਕਦਾ। ਗੁਰਸਿੱਖ ਰਹਿਤਵਾਨ ਵਾਲਾ, ਜਿਹੜਾ ਰਹਿਤਵਾਨ ਗੁਰਸਿੱਖ ਹੈ, ਉਹਦੇ ਨੇੜੇ ਜਮ ਨਹੀਂ ਕਦੇ ਆ ਸਕਦਾ। ਸਿਦਕ ਨਾਲ ਸਿੱਖੀ ਕਮਾਈ ਦਾ ਐਡਾ ਵੱਡਾ ਫਲ ਹੈ। ਸ੍ਰੀ ਅਰਜਨ ਤੇ ਸੁਣ ਹੁਲ ਸਾਏ, ਐਸਾ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਤੋਂ ਸੁਣ ਕੇ ਹਿਰਦਾ ਐਨ ਫੁੱਲ ਮੰਗੂ ਇਹਨਾਂ ਦਾ ਖਿੜ ਗਿਆ।
ਐਨ ਹਿਰਦਾ ਸ਼ਾਂਤ ਹੋ ਗਿਆ। ਭਏ ਸਿੱਖ ਸੰਦੇਹ ਮਿਟਾਏ, ਜੋ ਗੁਰੂ ਕੇ ਸਿੱਖ ਬਣੇ ਸਾਰਾ ਮਨ ਦਾ ਸ਼ੰਕਾ ਦੁਬਦਾ ਮਿਟ ਗਈ ਹੈ। ਗੁਰਬਾਣੀ ਕੋ ਲੱਗੇ ਵਿਚਾਰਨ, ਜੋ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦਾ ਅਭਿਆਸ ਵੀ ਕਰਦੇ ਹੈ, ਗੁਰਬਾਣੀ ਦੀ ਵਿਚਾਰ ਵੀ ਕਮਾਉਂਦੇ ਹੈ। ਭਗਤ ਗਿਆਨ ਕੀ ਜੋ ਵੱਡ ਕਾਰਨ, ਸਾਧ ਸੰਗਤ ਜੀ ਗੁਰਬਾਣੀ ਹੀ ਭਗਤੀ ਪੈਦਾ ਕਰਦੀ ਹੈ ਹਿਰਦੇ ਵਿੱਚ। ਗੁਰਬਾਣੀ ਵਿੱਚੋਂ ਬ੍ਰਹਮ ਗਿਆਨ ਦੀ ਦਾਤ ਮਿਲਦੀ ਹੈ, ਐਵੇਂ ਨਹੀਂ ਕਿਤੋਂ ਬ੍ਰਹਮ ਗਿਆਨ ਮਿਲ ਜਾਂਦਾ। ਆ ਕਈਆਂ ਨੇ ਦੁਕਾਨਾਂ ਖੋਲੀਆਂ, ਆ ਕੇ ਅਸੀਂ ਬ੍ਰਹਮ ਗਿਆਨ ਦੀਆਂ ਡਿਗਰੀਆਂ ਕਰਾਉਂਦੇ ਹਾਂ। ਇਹ ਕੋਈ ਸਾਧ ਸੰਗਤ ਜੀ ਡਿਗਰੀਆਂ ਦਾ ਸੈਂਟਰ ਹੈ ਵੀ ਬ੍ਰਹਮ ਗਿਆਨ ਇੱਥੋਂ ਮਿਲਦਾ? ਇਹ ਤਾਂ ਗੁਰੂ ਕਾਲ ਦੇ ਵਿੱਚ ਵੀ ਨਹੀਂ ਇਸ ਤਰ੍ਹਾਂ ਹੋਇਆ, ਜਿਹੜੀਆਂ ਅੱਜ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਦੁਕਾਨਾਂ ਬਣਾ ਲਈਆਂ। ਇਹ ਡਿਗਰੀਆਂ ਨਾਲ ਮਿਲਣ ਵਾਲੀਆਂ ਚੀਜ਼ਾਂ ਹੁੰਦੀਆਂ ਤਾਂ ਇੱਕ ਬ੍ਰਹਮ ਗਿਆਨ ਦੀ ਵੀ ਯੂਨੀਵਰਸਿਟੀ ਲੋਕਾਂ ਨੇ ਖੋਲ੍ਹ ਦੇਣੀ ਸੀ। ਇਹ ਤਾਂ ਗੁਰੂ ਕਾ ਬਚਨ ਮੰਨਣਾ, ਕਮਾਈ ਕਰਨੀ, ਕਮਾਈ ਕਰਦਿਆਂ ਕਰਦਿਆਂ ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਫਿਰ ਤਾਂ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਜੀ ਦੀ ਸੇਵਾ, ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਨ ਦੀ ਕੀ ਲੋੜ ਸੀ? ਫਿਰ ਕਿਸੇ ਬ੍ਰਹਮ ਗਿਆਨ ਦੇ ਸੈਂਟਰ 'ਚ ਚਲੇ ਜਾਂਦੇ ਹੋ। ਭਾਈ ਮੰਝ ਨੂੰ ਧੰਨ ਗੁਰੂ ਅਰਜਨ ਦੇਵ ਜੀ ਦੇ ਦਰ 'ਤੇ, ਭਾਈ ਬਹਿਲੋ ਨੂੰ, ਭਾਈ ਕਨ੍ਹਈਆ ਜੀ ਨੂੰ, ਭਾਈ ਨੰਦ ਲਾਲ ਸਿੰਘ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ, ਫਿਰ ਤਾਂ ਇਹ ਜਾ ਕੇ ਸੈਂਟਰਾਂ ਵਿੱਚੋਂ ਲੈ ਲੈਂਦੇ ਡਿਗਰੀਆਂ। ਇਹ ਡਿਗਰੀਆਂ ਨਹੀਂ, ਇਹ ਬਖਸ਼ਿਸ਼ਾਂ। ਬਖਸ਼ਿਸ਼ ਦਾ ਅਤੇ ਡਿਗਰੀ ਦਾ ਬਹੁਤ ਫਰਕ ਹੁੰਦਾ। ਬਖਸ਼ਿਸ਼ ਕਮਾਈ ਨਾਲ ਪ੍ਰਾਪਤ ਹੁੰਦੀ ਹੈ, ਕਿਰਪਾ ਨਾਲ, ਨਦਰ ਨਾਲ ਮਿਲਦੀ ਹੈ। ਸਾਰੀ ਕਮਾਈ ਸੇਵਾ ਸਿਮਰਨ ਦੀ ਕਰਕੇ ਗੁਰੂ ਦੀ ਬਖਸ਼ਿਸ਼ ਹੋ ਜਾਏ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾ। ਸੰਤ ਸ਼ਬਦ ਇੱਥੇ ਗੁਰੂ ਸਾਹਿਬ ਲਈ ਲੱਗ ਰਿਹਾ ਵੀ ਜਦੋਂ ਗੁਰੂ ਦੀ ਕਿਰਪਾ। ਸ਼ਾਸਤਰਾਂ ਦੇ ਵਿੱਚ ਲਿਖਿਆ ਕਰਮ ਉਪਾਸ਼ਨਾ, ਨਿਸ਼ਕਾਮ ਕਰਮ ਕਰਨੇ ਫਿਰ ਉਪਾਸ਼ਨਾ ਕਰਨੀ। ਕਹਿੰਦੇ ਗਿਆਨ ਆਪੋ ਨਹੀਂ ਮਿਲਦਾ, ਗਿਆਨ ਗੁਰੂ ਦੀ ਕਿਰਪਾ ਨਾਲ। ਭਾਵ ਅਵਰਨ ਦਾ ਪਰਦਾ ਕੌਣ ਚੁੱਕਦਾ, ਗਿਆਨ ਦਾ ਪਰਦਾ ਕੌਣ ਲਾਉਂਦਾ? ਉਹ ਗੁਰੂ ਲਾ ਸਕਦਾ, ਆਪਣੇ ਤੋਂ ਨਹੀਂ ਲੈਣਾ। ਜਦੋਂ ਕਮਾਈ ਹੋ ਗਈ ਪ੍ਰਮਾਣ ਸੇਵਾ ਸਿਮਰਨ ਭਗਤੀ ਦੀ, ਫਿਰ ਗੁਰੂ ਸਾਹਿਬ ਦੇ ਹਿਰਦੇ ਵਿੱਚ ਤਰਸ ਆ ਗਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਬ੍ਰਹਮ ਗਿਆਨ ਬਖਸ਼ ਦੇਣਾ। ਇਹ ਬਖਸ਼ਿਸ਼ ਦੀ ਦਾਤ ਹੈ, ਇਹ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ। ਇਸ ਕਰਕੇ ਇਸ ਤਰ੍ਹਾਂ ਗੁਰਬਾਣੀ ਨਾਲ ਜੁੜ ਗਏ, ਉਹ ਗੁਰਬਾਣੀ ਜਿਹੜੀ ਭਗਤੀ ਨੂੰ ਜਨਮ ਦਿੰਦੀ ਹੈ, ਜਿਹੜੀ ਬ੍ਰਹਮ ਗਿਆਨ ਦਾ ਕਾਰਨ ਮੁੱਢ ਹੈ ਗੁਰਬਾਣੀ ਵਿੱਚੋਂ ਹੀ। ਕੱਲਾ ਸਾਧ ਸੰਗਤ ਜੀ ਸਿਮਰਨ ਕਰਨਾ, ਸਿਮਰਨ ਕਰਨਾ, ਇਹ ਵੀ ਨਹੀਂ। ਸਾਨੂੰ ਬਹੁਤਾ ਇਸ ਗੱਲ ਉੱਤੇ ਵੀ ਇੱਕੋ ਹੀ ਪੱਖ 'ਤੇ ਜ਼ੋਰ ਦੇਣਾ, ਸਿਮਰਨ ਕਰਨਾ, ਜਾਪ ਕਰਨਾ ਜ਼ਰੂਰੀ ਹੈ, ਪਰ ਗੁਰਬਾਣੀ ਤੋਂ ਨਹੀਂ ਦੂਰ ਜਾਣਾ। ਗੁਰਬਾਣੀ ਦੀ ਨਾਲ ਕਮਾਈ ਕਰਨੀ, ਗੁਰਬਾਣੀ ਵਿੱਚੋਂ ਭਗਤੀ ਨੇ ਜਨਮ ਲੈਣਾ, ਗੁਰਬਾਣੀ ਵਿੱਚੋਂ ਬ੍ਰਹਮ ਗਿਆਨ ਪ੍ਰਾਪਤ ਹੋਣਾ।
ਭਗਤੀ ਔਰ ਗਿਆਨ ਦਾ ਮੁੱਢ ਕੌਣ ਹੈ? ਗੁਰੂ ਕੀ ਬਾਣੀ ਹੈ। ਬਿਰਛ ਟਾਹਣੀਆਂ ਫਲ ਫੁੱਲ ਪੱਤਿਆਂ ਦਾ ਜਿਹੜਾ ਆਸਰਾ ਉਹ ਬਿਰਛ ਦਾ ਮੁੱਢ ਹੈ, ਅਤੇ ਮੁੱਢ ਕਿਹਦੇ ਆਸਰੇ ਹੈ? ਧਰਤੀ ਦੇ ਆਸਰੇ ਹੈ। ਇਸ ਕਰਕੇ ਗੁਰੂ ਦੇ ਆਸਰੇ ਗੁਰਬਾਣੀ ਆ, ਗੁਰਬਾਣੀ ਦੇ ਵਿੱਚੋਂ ਫਿਰ ਅੱਗੇ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਭਾਵੇਂ ਸਾਰਿਆਂ ਦਾ ਕਾਰਨ, ਸਾਰਿਆਂ ਦਾ ਮੁੱਢ ਭਗਤੀ ਦਾ ਵੀ ਗਿਆਨ ਦਾ ਵੀ ਗੁਰੂ ਕੀ ਬਾਣੀ ਹੈ। ਗੁਰਸਿੱਖ ਬਾਣੀ ਦਾ ਅਭਿਆਸ ਨਹੀਂ ਕਦੇ ਛੱਡਦੇ ਸਨ। ਜੇ ਬ੍ਰਹਮ ਗਿਆਨੀ ਵੀ ਗੁਰਸਿੱਖ ਬਣੇ, ਇਤਿਹਾਸ ਪੜ੍ਹ ਲਓ, ਮੈਂ ਨਹੀਂ ਕਹਿੰਦਾ ਭਾਈ ਲੱਖੂ ਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨ ਬਖਸ਼ਤਾ, ਪਰ ਇੱਕ ਹੀ ਪਾਠ ਜਪਜੀ ਸਾਹਿਬ ਦੇ ਕਰਨੇ ਥੋੜ੍ਹੋ ਛੱਡੇ। ਗੁਰੂ ਅਮਰਦਾਸ ਜੀ ਤਾਂ ਆਪ ਗੁਰੂ ਸਰੂਪ ਸਨ, ਉਹ ਤਾਂ ਬ੍ਰਹਮ ਗਿਆਨ ਦੀਆਂ ਦਾਤਾਂ ਵੰਡਣ ਵਾਲੇ ਸਨ, ਪਰ 84 ਪਾਸਟ ਜਪਜੀ ਸਾਹਿਬ ਦੇ ਕਰਨੇ ਉਹਨਾਂ ਨੇ ਛੱਡ ਤਾਂ ਨਹੀਂ ਦਿੱਤੇ। ਰੋਜ਼ ਹਜ਼ੂਰ 84 ਪਾਠ ਜਪਜੀ ਸਾਹਿਬ ਦੇ ਕਰਦੇ। ਇਹ ਸਾਨੂੰ ਸਿੱਖਿਆ ਦਿੱਤੀ ਵੀ ਬਾਣੀ ਨਾਲ ਲੱਗੇ ਰਹਿਣਾ, ਬਾਣੀ ਵਿੱਚੋਂ ਗੁਰੂ ਕੀ ਬਾਣੀ ਵਿੱਚੋਂ ਸਾਰਾ ਕੁਝ ਹਾਸਲ ਹੋਣਾ ਹੈ। ਇਸ ਵਿਦ ਭਇਓ ਤਿਨੋ ਕਲਿਆਣਾ, ਇਸ ਤਰ੍ਹਾਂ ਉਹਨਾਂ ਦਾ ਕਲਿਆਣ ਹੋਇਆ, ਮੁਕਤੀ ਹੋਈ, ਸਾਰੇ ਸੁੱਖ ਪ੍ਰਾਪਤ ਹੋਏ ਉਹਨਾਂ ਨੂੰ। ਗੁਰ ਕੋ ਸੇਵਤ ਰਹੇ ਮਹਾਨ, ਇਹ ਪੰਜ ਸਿੱਖ ਭਾਈ ਧੀਰ, ਭਾਈ ਨਿਹਾਲੂ, ਭਾਈ ਤੁਲਸੀਆ, ਭਾਈ ਬੂਲਾ, ਭਾਈ ਚੰਡੀਆ, ਇਉਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਨ ਸੇਵਾ ਕਰਦੇ ਹੋਏ ਗੁਰੂ ਕੀਆਂ ਬਖਸ਼ਿਸ਼ਾਂ ਦੇ ਅਧਿਕਾਰੀ ਬਣੇ ਔਰ ਜੀਵਨ ਕਿਰਤ ਕਿਰਤ ਹੋਇਆ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਖਾਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮਾਂ ਵਿੱਚ ਆਪ ਜੀ ਨੇ ਰੋਜ਼ਾਨਾ ਜ਼ਰੂਰ ਦਰਸ਼ਨ ਦਿਆ ਕਰਨੇ ਹੈ, ਔਰ 6 ਜੂਨ ਨੂੰ ਸਾਰੇ ਇਲਾਕੇ ਦੀ ਸੰਗਤ ਨੇ ਹੁੰਮ ਹੁਮਾ ਕੇ ਭਾਈ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਹੈ। ਬੇਨਤੀ ਤੁਸੀਂ ਸਾਰਿਆਂ ਨੇ ਪ੍ਰਵਾਨ ਕਰਨੀ ਹੈ, ਔਰ ਅੱਗੇ ਜਿੱਥੇ ਜਿੱਥੇ ਕਥਾ ਦੇ ਸਮਾਗਮ ਚੱਲ ਰਹੇ ਆ ਉੱਥੇ ਵੀ ਰੋਜ਼ਾਨਾ ਬਿਨਾਂ ਨਾਗਾ ਆ ਕੇ ਹਾਜ਼ਰੀ ਭਰਿਆ ਕਰੋ। ਬਹੁਤ ਸੰਗਤ ਹੈ, ਬਹੁਤ ਗੁਰਮੁਖ ਹੈ ਜਿਹੜੇ ਰੋਜ਼ਾਨਾ ਆ ਕੇ ਹਾਜ਼ਰੀਆਂ ਭਰਦੇ ਹਨ। ਸੋ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ ਭਾਈ ਗੁਰਵਿੰਦਰ ਸਿੰਘ ਜੀ ਅਤੇ ਪ੍ਰਬੰਧਕ ਕਮੇਟੀ ਨਗਰ ਪੰਚਾਇਤ, ਮੈਂ ਸਭ ਦਾ ਹੀ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ ਕਰਦਾ। ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ, ਸਾਰਿਆਂ ਦਾ ਨਾਮ ਲੈ ਕੇ ਪਤਵੰਤਿਆਂ ਦਾ ਵੀ, ਇੱਥੋਂ ਦੇ ਵੀ ਪ੍ਰਬੰਧਕਾਂ ਦਾ ਵੀ, ਸਭ ਦਾ ਧੰਨਵਾਦ ਕਰਨਗੇ। ਸਾਧ ਸੰਗਤ ਜੀ ਹੁਣ ਅਰਦਾਸ ਵਿੱਚ ਹਾਜ਼ਰ ਹੋਈਏ, ਉਪਰੰਤ ਸ਼੍ਰੀ ਮੁਖਬਾਗ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਬੇਨਤੀਆਂ ਕਰਨਗੇ। ਉਹ ਬੇਨਤੀਆਂ ਧਿਆਨਪੂਰਵਕ ਸੁਣਨੀਆਂ, ਫਿਰ ਸਤਿਗੁਰੂ ਜੀ ਦਾ ਸੁਖਾਸਨ ਹੋਏਗਾ, ਕੜਾਹ ਪ੍ਰਸ਼ਾਦ ਦੀ ਨਾਲ ਨਾਲ ਦੇਗ ਵਰਤੇਗੀ, ਲੰਗਰ ਦਾ ਪ੍ਰੋਗਰਾਮ ਹੈ 7 ਵਜੇ, ਫਿਰ ਸਾਰੀ ਸੰਗਤ ਨੇ ਲੰਗਰ ਛਕ ਕੇ ਆਰਾਮ ਨਾਲ ਘਰਾਂ ਨੂੰ ਜਾਣਾ। ਇਹ ਬੇਨਤੀ ਪ੍ਰਵਾਨ ਕਰਨੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਸ ਵਿਦ ਭਇਓ ਤਿਨੋ ਕਲਿਆਣ, ਗੁਰ ਕੋ ਸੇਵਤ ਰਹੇ ਮਹਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।